Thousands of Muslims are fleeing the Central African Republic. Renewed violence has rocked the Central African Republic. They killed us and stole from us and took all our belongings. An uptick in rebel violence in the Central African Republic. In the Central African Republic, the people you can see here are Christians who fled en masse from the center. Resurging violence in the Central African Republic has left some villages emptied and destroyed. ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ। ਮੈਂ ਹਾਂ ਇਸ ਟਾਈਮ ਭਾਰਤ ਦੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੇ ਬਈ, ਤੇ ਇੱਥੋਂ ਬਈ ਮੈਂ ਫਲਾਈਟ ਫੜ ਰਿਹਾ ਇੱਕ ਨਵੇਂ ਸਫ਼ਰ ਲਈ। ਖੈਰ, ਸਫ਼ਰ ਹੋਣ ਵਾਲਾ ਬਿਲਕੁਲ ਡਿਫਰੈਂਟ, ਜਿੱਦਾਂ ਕਿ ਮੈਂ ਪਹਿਲਾਂ ਵੀ ਕਾਫੀ ਵਾਰ ਤੁਹਾਨੂੰ ਡਿਫਰੈਂਟ ਸਫ਼ਰ ਦਿਖਾਏ ਨੇ। ਪਰ ਹਾਂ ਬਈ, ਕਈ ਵਾਰ ਨੋਰਮਲ ਜੀ ਗੱਲ ਆ, ਦੁਨੀਆ 'ਤੇ ਬਹੁਤ ਸਾਰੇ ਐਸੇ ਦੇਸ਼ ਨੇ ਜਿਹੜੇ ਜਿੱਥੇ ਆਮ ਲੋਕ ਜਾਂਦੇ ਨੇ, ਸਾਰੇ ਜਾਂਦੇ ਨੇ, ਅਤੇ ਉਹ ਫਿਰ ਆਮ ਹੋ ਜਾਂਦੇ ਨੇ। ਐਕਸਪੈਕਟੇਸ਼ਨ ਤੁਹਾਡੀਆਂ ਮੇਰੇ ਤੋਂ ਬਹੁਤ ਜ਼ਿਆਦਾ ਰਹਿੰਦੀਆਂ ਨੇ। ਉਹਦਾ ਇੱਕ ਰੀਜ਼ਨ ਆ, ਮੈਨੂੰ ਇੱਦਾਂ ਫੀਲ ਹੋਣ ਲੱਗ ਗਿਆ, ਕਿਉਂਕਿ ਸਟਾਰਟਿੰਗ ਦੇ ਵਿੱਚ ਜਿੰਨੇ ਵੀ ਜ਼ਿਆਦਾ ਖਤਰਨਾਕ ਏਰੀਆ ਜਾਂ ਖਤਰਨਾਕ ਦੇਸ਼ ਸੀ, ਜਿੱਦਾਂ ਅਫਰੀਕਾ ਦੀ ਜੇ ਮੈਂ ਗੱਲ ਕਰਾਂ ਤਾਂ ਨਾਈਜੀਰੀਆ ਤੋਂ ਸੈਨੇਗਲ ਬਾਏ ਰੋਡ ਟਰੈਵਲ ਕੀਤਾ ਸੀ, ਇੱਕ ਅੱਧੀ ਫਲਾਈਟ ਦੇ ਵਿੱਚੋਂ ਲਈ ਸੀਗੀ। ਸੋ ਉਹ ਵਾਲਾ ਸਫ਼ਰ ਜਦੋਂ ਆਪਾਂ ਕੀਤਾ ਸੀਗਾ, ਔਰ ਇੰਨਾ ਖਤਰਨਾਕ ਉਹ ਸਫ਼ਰ ਸੀਗਾ। ਅਤੇ ਹਾਂ, ਡਾਕਟਰ ਸਾਹਿਬ ਵੀ ਮੇਰੇ ਨਾਲ ਹੀ ਨੇ, ਵੀ ਉਸ ਸਫ਼ਰ 'ਚ ਵੀ ਨਾਲ ਸੀਗੇ। ਡਾਕਟਰ ਸਾਹਿਬ ਕਿਵੇਂ ਹੋ? ਸਭ ਚੰਗਾ ਜੀ। ਮੈਂ ਅਤੇ ਡਾਕਟਰ ਸਾਹਿਬ ਜਾ ਰਹੇ ਹਾਂ ਬਈ, ਅਸੀਂ ਜਾ ਰਹੇ ਹਾਂ, ਸਾਡੀ ਪਹਿਲਾਂ ਇੱਥੋਂ ਫਲਾਈਟ ਹੈ ਇਥੋਪੀਅਨ ਏਅਰਲਾਈਨ ਦੀ ਐਡਿਸ ਅਬਾਬਾ ਲਈ। ਐਡਿਸ ਅਬਾਬਾ ਪਹੁੰਚਾਂਗੇ, ਅਤੇ ਐਡਿਸ ਅਬਾਬਾ ਤੋਂ ਅੱਗੇ ਮਤਲਬ ਇੱਕ ਦਿਨ ਪੂਰਾ ਆਪਾਂ ਰੁਕਾਂਗੇ, ਪਤਾ ਨਹੀਂ 4 ਸਟਾਰ ਕੇ 5 ਸਟਾਰ ਕਿਹੜਾ ਹੋਟਲ ਦੇਣਗੇ। ਫਲਾਈਟ ਦੇ ਵਿੱਚ ਹੀ ਚਾਰਜ ਆ ਬਈ ਉਹਦੇ। ਔਰ ਇਹ ਜਿਹੜਾ ਪਾਸਾ ਹੈ, ਦੁਨੀਆ ਦਾ ਸਭ ਤੋਂ ਮਹਿੰਗਾ ਪਾਸਾ ਮੈਂ ਜਾ ਰਿਹਾ। ਮੈਂ ਗੱਲ ਨਹੀਂ ਕਰ ਰਿਹਾ ਨਾ ਇਥੋਪੀਆ ਦੀ, ਨਾ ਕੀਨੀਆ, ਰਵਾਂਡਾ, ਯੁਗਾਂਡਾ ਦੀ। ਬਈ ਸਾਲਾਂ ਤੋਂ, ਹਜ਼ਾਰਾਂ ਸਾਲਾਂ ਤੋਂ ਉੱਥੇ ਟੂਰਿਸਟ ਜਾ ਰਹੇ ਹੋਣਗੇ। ਕਹਿਣ ਦਾ ਮਤਲਬ ਕਿ ਡਿਸਕਵਰੀ ਵਾਲੇ ਵੀ ਪਹਿਲਾਂ ਜਾਂਦੇ ਸੀ, ਹੋਰ ਜਾਂਦੇ ਸੀ, ਉਹਨਾਂ ਨੂੰ ਪਤਾ ਟੂਰਿਜ਼ਮ ਕੀ ਹੁੰਦਾ। ਮੈਂ ਦੁਬਾਰਾ ਅਫਰੀਕਾ ਦੇ ਸੈਂਟਰਲ ਪਾਰਟ ਤੋਂ ਲੈ ਕੇ ਵੈਸਟ ਸੈਂਟਰ ਵਾਲੇ ਪਾਰਟ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਕਰੂੰਗਾ, ਜਿਹੜਾ ਕਿ ਫਿਰ ਇੱਕ ਵਾਰ ਤੁਸੀਂ ਐਸੇ ਐਸੇ ਦੇਸ਼ ਨੇ ਜਿਹਦਾ ਨਾਂ ਹੀ ਸ਼ਾਇਦ ਤੁਸੀਂ ਨਹੀਂ ਸੁਣਿਆ ਹੋਣਾ ਬਈ। ਮੇਰਾ ਜਿਹੜਾ ਪਹਿਲਾ ਦੇਸ਼ ਹੋਊਗਾ, ਉਹ ਹੋਊਗਾ ਸੈਂਟਰਲ ਅਫਰੀਕਨ ਰਿਪਬਲਿਕ, ਜਿਹਨੂੰ ਕਹਿੰਦੇ ਆ ਕਾਰ। ਸੋ ਇੱਕ ਇੰਟਰਸਟਿੰਗ ਗੱਲ ਦੱਸਦਾ ਵੀ, ਇਮੀਗ੍ਰੇਸ਼ਨ ਵਾਲੇ ਨੇ ਜਦੋਂ ਉਹਦਾ ਦੇਸ਼ ਦਾ ਨਾਂ ਪਾਇਆ, ਤਾਂ ਇਮੀਗ੍ਰੇਸ਼ਨ ਵਾਲੇ ਕੋਲ ਦਿਖਾਇਆ ਨਹੀਂ, ਉਹ ਕਹਿੰਦਾ ਮੇਰੇ ਕੋਲ ਨਹੀਂ ਆ ਰਿਹਾ ਇਹ ਦੇਸ਼ ਕਿਹੜਾ, ਅਤੇ ਇਹਦਾ ਨਵਨ ਕੁਰਬਾਈ ਨਾਲ ਹੋਇਆ। ਸੋ ਇੱਦਾਂ ਇੱਦਾਂ ਦੇ ਦੇਸ਼ ਨੇ, ਅੱਗੇ ਅੱਗੇ ਆਪਾਂ ਹੋਰ ਉਹਨਾਂ ਦੇਸ਼ਾਂ ਦੇ ਵਿੱਚ ਸਫ਼ਰ ਕਰਾਂਗੇ, ਔਰ ਸ਼ਾਇਦ ਹੀ ਤੁਸੀਂ ਇਸ ਦੇਸ਼ ਦੀ ਕਦੇ ਪਹਿਲਾਂ ਵੀਡੀਓ ਦੇਖੀ ਹੋਊਗੀ। ਅਤੇ ਚੱਲਦੇ ਹਾਂ ਨਾਈਜੀਰੀਆ ਤੋਂ ਸੈਨੇਗਲ ਵਾਲੀਆਂ। ਜੇਕਰ ਤੁਸੀਂ ਮੇਰੀਆਂ ਵੀਡੀਓ ਨਹੀਂ ਦੇਖੀਆਂ, ਹੁਣ ਜੁੜਿਓ ਤਾਂ ਇੱਕ ਵਾਰ ਜ਼ਰੂਰ ਦੇਖ ਕੇ ਆਇਓ। ਉਸ ਟਾਈਮ ਇੰਟਰਨੈਟ ਦੇ ਉੱਤੇ, ਅੱਜ ਦੀ ਡੇਟ ਦੇ ਵਿੱਚ ਵੀ ਇੰਟਰਨੈਟ ਦੇ ਉੱਤੇ ਨਾਈਜੀਰੀਆ ਤੋਂ ਸੈਨੇਗਲ ਦੀਆਂ ਬਹੁਤ ਘੱਟ ਵੀਡੀਓ ਮਿਲਣਗੀਆਂ, ਔਰ ਪੰਜਾਬੀ 'ਚ ਤਾਂ ਤੁਹਾਨੂੰ ਕੋਈ ਮਿਲਣੀ ਹੀ ਨਹੀਂ। ਚੱਲਦੇ ਹਾਂ, ਫਲਾਈਟ ਹੈ ਥੋੜ੍ਹੀ ਦੇਰ ਬਾਅਦ, ਅਤੇ ਪਹੁੰਚਦੇ ਹਾਂ ਪਹਿਲਾਂ ਐਡਿਸ ਅਬਾਬਾ। ਵੀ ਬੋਰਡਿੰਗ ਸਟਾਰਟ ਆਲਮੋਸਟ ਹੋ ਚੁੱਕੀ ਹੈ, ਅਤੇ ਉੱਧਰ ਪਹਿਲਾਂ ਇੱਥੇ ਇਹਨਾਂ ਨੇ ਬਈ ਬੜਾ ਰੌਲਾ ਪਾਇਆ। ਇਹ ਕਹਿੰਦੇ ਉਹ ਵੀਜ਼ਾ ਦਿਖਾਓ, ਉਹ ਦਿਖਾਓ। ਵੀਜ਼ਾ ਹੈਗਾ ਪਰ ਉਹ ਉੱਦਾਂ ਦਾ ਵੀਜ਼ਾ ਨਹੀਂ ਹੈ, ਵੀਜ਼ਾ ਏਅਰਪੋਰਟ 'ਤੇ ਲੱਗਦਾ ਵੀ ਇਹਨਾਂ ਦੇਸ਼ਾਂ ਦਾ। ਅਤੇ ਜਿਹੜਾ ਮੇਰੇ ਕੋਲ ਵੀਜ਼ਾ ਨਾ, ਉਹ ਬਹੁਤ ਹੀ ਮੁਸ਼ਕਿਲ ਹੈ ਔਰ ਬਹੁਤ ਹੀ ਮਹਿੰਗਾ ਲਿਆ। ਉੱਧਰ ਖੜੀ ਹੋਈ ਆ ਬਈ ਇਥੋਪੀਅਨ ਏਅਰਲਾਈਨ ਦੀ ਫਲਾਈਟ। ਹਾਂ, ਚੱਲਦੇ ਹਾਂ, ਫਲਾਈਟ 'ਚ ਚੱਲਦੇ ਹਾਂ, ਅਤੇ ਹੋਰ ਗੱਲਾਂ ਬਾਤਾਂ ਕਰਦੇ ਚੱਲਦੇ ਹਾਂ, ਅਤੇ ਦੱਸਦਾ ਬਈ ਮੈਂ ਤੁਹਾਨੂੰ। ਆਪਣਾ ਗੇਟ ਨੰਬਰ 11B9 ਸੀਗਾ, ਚੇਂਜ ਕੀਤਾ ਇਹਨਾਂ ਨੇ। ਫਿਰ ਸਾਹਮਣੇ ਵੀ ਥੱਲੇ ਇੱਕ ਬੰਦੇ ਨੂੰ ਲੈ ਕੇ ਜਾ ਰਹੇ, ਉਹਨੂੰ ਡਿਪੋਰਟ ਕਰ ਰਹੇ ਆ ਥੱਲੇ, ਨਾਈਜੀਰੀਆ ਨਾਈਜੀਰੀਆ ਦਾ ਕਿਤੇ। ਹੁਣ ਇਸ ਫਲਾਈਟ 'ਚ ਬਿਠਾ ਰਿਹਾ, ਅੱਗੇ ਕਨੈਕਟ ਕਰਨਗੇ, ਕੋਈ ਡਾਇਰੈਕਟ ਫਲਾਈਟ ਤਾਂ ਇੱਥੋਂ ਹੋਣੀ ਨਹੀਂ ਗੀ, ਅਤੇ ਹੁਣ ਛੱਡ ਕੇ ਆ ਰਿਹਾ ਬਈ ਓਫੀਸ਼ੀਅਲਸ ਜਿਹੜੇ ਜਾ ਰਹੇ ਨੇ। ਹੁਣ ਬਈ ਤੁਸੀਂ ਸੋਚੋਗੇ ਕਿ ਮੈਂ ਇਹੀ ਦੇਸ਼ ਕਿਉਂ ਚੁਣੇ। ਜਦੋਂ ਬਈ ਮੈਂ ਪਿਛਲੀ ਵਾਰ ਅਫਰੀਕਾ ਗਿਆ ਸੀ, 2-2.5 ਸਾਲ ਪਹਿਲਾਂ ਦੀ ਗੱਲ ਹੈ, ਅਤੇ ਉਦੋਂ ਜਦੋਂ ਮੈਂ ਗਿਆ ਸੀਗਾ ਤਾਂ ਮੈਂ ਉਦੋਂ ਸਰਚ ਕੀਤਾ ਸੀਗਾ। ਓਬਵੀਅਸਲੀ ਗੱਲ, ਮੈਨੂੰ ਪਤਾ ਸੀ ਕਿ ਪੰਜਾਬੀ ਦੇ ਵਿੱਚ ਤਾਂ ਬਈ ਬਲੌਗ ਹੀ ਮੈਂ ਬਣਾ ਰਿਹਾ ਸੀਗਾ। ਹੁਣ ਫਿਰ ਨਾ ਕਹਿ ਦਿਓ ਕਿ ਇੱਦਾਂ, ਮੈਂ ਜਾਣਕਾਰੀ ਲਈ ਦੱਸ ਰਿਹਾ ਕਿ ਬਈ ਮੈਂ ਹੀ ਬਣਾ ਰਿਹਾ ਸੀਗਾ, ਤਾਂ ਮੈਨੂੰ ਪਤਾ ਸੀਗਾ ਕਿ ਹਾਂ ਬਈ ਪੰਜਾਬੀ 'ਚ ਤਾਂ ਨਹੀਂ ਮਿਲਣਗੇ। ਮੈਂ ਸਰਚ ਕੀਤਾ ਕਿ ਹਿੰਦੀ 'ਚ ਕਿਹੜੇ ਵਲੌਗਸ ਨੇ, ਇੰਗਲਿਸ਼ 'ਚ ਕਿਹੜੇ ਵਲੌਗ ਨੇ। ਇੰਗਲਿਸ਼ ਦੇ ਵਿੱਚ ਸਭ ਤੋਂ ਵੱਧ ਵਲੌਗ ਜਾਂ ਹਿੰਦੀ ਦੇ ਵਿੱਚ ਸਭ ਤੋਂ ਵੱਧ ਵਲੌਗ ਆਏ ਕੀਨੀਆ, ਰਵਾਂਡਾ, ਯੁਗਾਂਡਾ ਦੇ, ਕਿਉਂਕਿ ਉਹ ਟੂਰਿਸਟਿਕ ਨੇ, ਫਲਾਈਟਾਂ ਸਸਤੀਆਂ ਨੇ, ਕਾਫੀ ਸਸਤੇ ਸਸਤੇ ਦੇਸ਼ ਨੇ ਉਹ। ਮੈਂ ਨਹੀਂ ਕਹਿੰਦਾ ਕਿ ਸਸਤੇ ਕਰਕੇ ਲੋਕ ਜਾਂਦੇ ਨੇ, ਪਰ ਇੱਕ ਰੀਜ਼ਨ ਬਣਦਾ ਉਹਦਾ ਕਿਤੇ ਨਾ ਕਿਤੇ, ਕਿ ਟੂਰਿਸਟਿਕ ਆ, ਥੋੜ੍ਹਾ ਸੇਫ ਮੰਨਿਆ ਜਾਂਦਾ ਉਹ। ਮਤਲਬ ਜੇ ਡੇਂਜਰਸ ਦੇ 10 ਉਹ ਨੇ ਪੁਆਇੰਟ, ਤਾਂ ਉਹਨਾਂ 'ਚ ਉਹਨਾਂ ਨੂੰ ਸਿਰਫ 4 ਹੀ ਮੰਨੋ,
ਪਰ ਜਿਹੜੇ ਦੇਸ਼ਾਂ 'ਚ ਨਾਈਜੀਰੀਆ ਵਗੈਰਾ ਇਹ ਸਾਰੇ ਨੇ ਇਹ ਦਸਾਂ 'ਚੋਂ ਦਸ ਹੀ ਮੰਨੋ ਇੰਨੇ ਕੁ ਜ਼ਿਆਦਾ ਇਹ ਖਤਰਨਾਕ ਨੇ। ਇਸ ਵਾਰ ਦੁਬਾਰਾ ਫਿਰ ਜਦੋਂ ਸਰਚ ਕਰ ਰਹੇ ਸੀਗੇ ਤਾਂ ਦੁਨੀਆ ਦਾ ਸਭ ਤੋਂ ਮਹਿੰਗਾ ਪਾਸਾ ਸਭ ਤੋਂ ਨਾਈਜੀਰੀਆ ਵਗੈਰਾ ਤਾਂ ਫਿਰ ਮਾੜੀਆਂ ਮੋਟੀਆਂ ਫਲਾਈਟਾਂ ਹੈ, ਇਹਨਾਂ ਦੇਸ਼ਾਂ 'ਚ ਤਾਂ ਇੱਕੋ ਹੀ ਫਲਾਈਟ ਜਾਂਦੀ ਹੈ, ਇਥੋਪੀਅਨ ਏਅਰਲਾਈਨ ਹੋਰ ਕੋਈ ਏਅਰਲਾਈਨ ਉੜਦੀ, ਏ ਸਕਾਈ ਉੜਦੀ ਹੈ ਇੱਕ ਪਤਾ ਨਹੀਂ ਹਫ਼ਤੇ 'ਚ ਇੱਕ ਅੱਧਾ ਦਿਨ। ਸੋ ਇੱਦਾਂ ਇੱਦਾਂ ਸਿਸਟਮ ਹੈ, ਤਾਂ ਕਰਕੇ ਵੀ ਮੈਂ ਇਹ ਦੇਸ਼ ਚੁਣਿਆ। ਮੈਂ ਕਿਹਾ ਇੱਕ ਵਾਰ ਫਿਰ ਤੋਂ ਅਲੱਗ ਦੇਸ਼ਾਂ ਦੀ ਜਿਹੜੀ ਯਾਤਰਾ ਆਪਾਂ ਕਰਦੇ ਆ ਗਏ ਇਥੋਪੀਅਨ ਏਅਰਲਾਈਨ 'ਚ। ਮੈਂ ਪਹਿਲੀ ਵਾਰ ਇਥੋਪੀਅਨ ਏਅਰਲਾਈਨ 'ਚ ਟਰੈਵਲ ਕਰ ਰਿਹਾ। ਵੈਸੇ ਅਫਰੀਕਾ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਕਨੈਕਟ ਕਰਦੀ ਹੈ। ਫਲਾਈਟ ਦੇ ਵਿੱਚ ਮੈਂ ਆ ਗਿਆ ਅਤੇ ਮੈਂ ਦੱਸ ਰਿਹਾ ਸੀਗਾ ਕਿ ਬਈ ਤੁਹਾਡੇ ਦਿਮਾਗ ਦੇ ਵਿੱਚ ਹੋਊਗੀ ਮੈਂ ਇਹ ਦੇਸ਼ ਕਿਉਂ ਚੁਣ ਰਿਹਾ, ਬਈ ਇੱਦਾਂ ਦੇ ਦੇਸ਼ਾਂ 'ਚ ਕਿਉਂ ਜਾਣਾ, ਮੈਂ ਖਤਰਨਾਕ ਦੇਸ਼ਾਂ 'ਚ ਕਿਉਂ ਜਾਣਾ। ਬਈ ਮੈਂ ਸੇਫ 'ਚ ਵੀ ਜਾਣਾ ਪਰ ਜ਼ਿਆਦਾਤਰ ਮੇਰੇ ਖਤਰਨਾਕ ਹੋਏ ਨੇ, ਇਹ ਗੱਲ ਤੁਹਾਡੀ ਸੱਚ ਹੈ। ਆਪਣੇ ਨੇੜੇ ਤੇੜੇ ਵਾਲਿਆਂ 'ਚ ਵੀ ਤੁਸੀਂ ਦੇਖ ਲਓ, ਮੈਂ ਸਾਰੇ ਆਲਮੋਸਟ ਸੀਰੀਆ, ਲੈਬਨਾਨ, ਇਰਾਕ, ਇਰਾਨ, ਅਫਗਾਨਿਸਤਾਨ, ਹੋਰ ਵੀ ਕਈ ਇੱਕ ਦੋ ਐਸੇ ਨੇ ਜਿਹੜੇ ਮੈਂ ਕਰ ਚੁੱਕਿਆ ਉਹਦੇ ਨੇੜੇ, ਆਪਣੇ ਨੇੜੇ ਤੇੜੇ ਵਾਲੇ ਵੀ, ਔਰ ਕਾਫੀ ਟਾਈਮ ਪਹਿਲਾਂ ਕਰ ਲਏ ਸੀਗੇ। ਮੇਰੀ ਸੋਚਣੀ ਸੀਗੀ ਕਿ ਮੈਂ ਕਿਹਾ ਯਾਰ ਮੈਂ ਪੂਰੀ ਦੁਨੀਆ ਹੀ ਘੁੰਮਣੀ ਆ, ਘੁੰਮ ਰਿਹਾ, ਔਰ ਮੇਰੀ ਇੱਕ ਇਹ ਸੀਗੀ ਕਿ ਦੁਨੀਆ ਦੇ ਹਰ ਇੱਕ ਦੇਸ਼ ਦੀ ਵੀਡੀਓ ਪੰਜਾਬੀ ਦੇ ਵਿੱਚ ਜ਼ਰੂਰ ਮੌਜੂਦ ਹੋਵੇ। ਆਲਮੋਸਟ ਇੰਗਲਿਸ਼ ਦੇ ਵਿੱਚ ਮੌਜੂਦ ਨੇ, ਹਿੰਦੀ ਦੇ ਵਿੱਚ ਵੀ 150 ਦੇਸ਼ਾਂ ਦੀਆਂ ਵੀਡੀਓ ਮੌਜੂਦ ਹੋਣਗੀਆਂ, ਕੁਛ ਦੇਸ਼ ਹੋਣਗੇ ਜਿਨ੍ਹਾਂ ਦੀਆਂ ਮੌਜੂਦ ਨਹੀਂ ਹੋਣਗੀਆਂ, ਪਰ ਕੋਈ ਨਾ ਕੋਈ ਜ਼ਰੂਰ ਕਰ ਲਊਗਾ, ਲੇਕਿਨ ਪੰਜਾਬੀ ਦੇ ਵਿੱਚ ਨਹੀਂ ਸੀ। ਤਾਂ ਇਹ ਇੱਕ ਮੇਰਾ ਸੁਪਨਾ ਸੀਗਾ, ਪਰ ਉਹਨੂੰ ਕਰਨ ਲਈ ਬਹੁਤ ਵੱਡੇ ਵੱਡੇ ਚੈਲੇਂਜਸ ਆਉਂਦੇ ਨੇ। ਸਭ ਤੋਂ ਵੱਡਾ ਚੈਲੇਂਜ ਤਾਂ ਬਈ ਪੈਸਿਆਂ ਦਾ ਹੀ ਆਉਂਦਾ। ਤੁਹਾਨੂੰ ਲੱਗਦਾ ਹੋਊਗਾ ਜਾਂ ਮੈਨੂੰ ਲੱਗਦਾ ਹੋਊਗਾ, ਇੰਟਰਨੈਸ਼ਨਲ ਲੱਗਦਾ ਕਿ ਬਈ ਯੂਰਪ ਮਹਿੰਗਾ ਹੈ, ਬਿਲਕੁਲ ਸਹੀ ਗੱਲ, ਉੱਥੇ ਰਹਿਣ ਵਾਲਿਆਂ ਲਈ ਮਹਿੰਗਾ, ਟੂਰਿਸਟ ਲਈ ਹੋਰ ਵੀ ਮਹਿੰਗਾ, ਲੇਕਿਨ ਅਫਰੀਕਾ ਉੱਥੇ ਰਹਿਣ ਵਾਲਿਆਂ ਲਈ ਤਾਂ ਸ਼ਾਇਦ ਸਸਤਾ ਹੋ ਸਕਦਾ। ਮੈਂ ਤੁਹਾਨੂੰ ਇੱਕ ਵਾਰ ਦੁਬਾਰਾ ਜੋਗ੍ਰਾਫੀ ਸਮਝਾਊਂਗਾ। ਦੇਖੋ ਬਹੁਤਿਆਂ ਨੂੰ ਪਤਾ ਹੋਊਗੀ ਲੇਕਿਨ ਬਹੁਤਿਆਂ ਦੀ ਜੋਗ੍ਰਾਫੀ ਕਮਜ਼ੋਰ ਹੁੰਦੀ ਹੈ, ਮੇਰੀ ਵੀ ਈਵਨ ਕਮਜ਼ੋਰ ਸੀਗੀ, ਪਰ ਘੁੰਮਦੇ ਘੁੰਮਦੇ ਹੀ ਜੋਗ੍ਰਾਫੀ ਆ ਗਈ। ਬਟ ਜੋਗ੍ਰਾਫੀ 'ਚ ਨੌਲੇਜ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਉਹ ਤੁਹਾਨੂੰ ਤੁਹਾਡਾ ਕੈਰੀਅਰ ਬਣਾਉਣ ਲਈ ਵੀ ਅੱਗੇ ਕਾਫੀ ਜ਼ਿਆਦਾ ਕੰਮ ਦੇ ਸਕਦੀ ਹੈ। ਸੋ ਅਫਰੀਕਾ ਦੇ ਵਿੱਚ 54 ਦੇਸ਼ ਨੇ, ਵੀ ਇਹ ਸਾਰਾ ਅਫਰੀਕਨ ਤੁਸੀਂ ਕੰਟੀਨੈਂਟ ਦੇਖ ਸਕਦੇ ਹੋ, ਅਤੇ ਇਹਦੇ ਵਿੱਚ ਆਈਲੈਂਡਸ ਵੀ ਨੇ, ਬਟ ਜ਼ਿਆਦਾਤਰ ਵੱਡੇ ਵੱਡੇ ਦੇਸ਼ ਨੇ ਜਿਵੇਂ ਸਾਊਥ ਅਫਰੀਕਾ ਹੋ ਗਿਆ, ਵੈਸਟ ਅਫਰੀਕਾ ਦੇ ਵਿੱਚ ਕੈਮਰੂਨ ਤੋਂ ਲੈ ਕੇ ਸੈਨੇਗਲ ਵਾਲਾ ਪਾਰਟ, ਫਿਰ ਨੌਰਥ ਵੈਸਟ ਦੇ ਵਿੱਚ ਆ ਗਏ ਕਈ ਦੇਸ਼ ਜਿਵੇਂ ਮੋਰੀਟੇਨੀਆ ਹੋ ਗਿਆ, ਫਿਰ ਨੌਰਥ ਹੋ ਗਿਆ, ਮੋਰੋਕੋ ਤੋਂ ਲੈ ਕੇ ਇਜਿਪਟ ਹੋ ਗਿਆ। ਸੋ ਇਜਿਪਟ ਵੀ ਬਈ ਅਫਰੀਕਾ ਦੇ ਵਿੱਚ, ਮੈਂ ਉੱਥੇ ਆਲਰੇਡੀ ਦੋ ਵਾਰ ਜਾ ਚੁੱਕਿਆ। ਸੋ ਕੁਛ ਦੇਸ਼ ਐਸੇ ਨੇ ਜਿਵੇਂ ਸੈਂਟਰਲ ਅਫਰੀਕਨ ਰਿਪਬਲਿਕ, ਚੈਡ, ਨਾਈਜਰ, ਨਾਈਜੀਰੀਆ ਵਗੈਰਾ, ਇਹ ਸਾਰੇ ਦੇਸ਼ ਇੱਥੇ ਕਨਫਲਿਕਟ ਚੱਲਦਾ ਹੀ ਰਹਿੰਦਾ ਬਈ, ਸਾਲਾਂ ਤੱਕ ਇੱਥੇ ਲੜਾਈਆਂ ਹੋਈਆਂ ਨੇ ਔਰ ਅੱਜ ਵੀ ਇੱਥੇ ਕਦੇ ਤਖਤਾ ਪਲਟ ਹੋ ਗਿਆ, ਹਾਲੇ ਥੋੜ੍ਹੇ ਦਿਨ ਪਹਿਲਾਂ ਹੀ ਹੋ ਗਏ ਹਟਿਆ। ਸੋ ਇਹਨਾਂ ਦਾ ਕੁਛ ਨਹੀਂ ਪਤਾ ਯਾਰ, ਕਦੋਂ ਵੀਜ਼ਾ ਮਿਲਣ, ਕਿੱਦਾਂ ਮਿਲਣ, ਕੀ ਹੋਵੇ, ਕੁਛ ਹੋਵੇ। ਸੋ ਇਸ ਤੋਂ ਪਹਿਲਾਂ ਕਰ ਲਓ ਕਿ ਪੱਕਾ ਹੀ ਬੰਦ ਕਰ ਦੇਣ 5-7 ਸਾਲਾਂ ਲਈ, ਹੈ ਨਾ। ਤਾਂ ਮੈਂ ਸੋਚਿਆ ਕਿ ਯਾਰ ਮੈਨੂੰ ਇਹ ਦੇਸ਼ਾਂ 'ਚ ਜਾਣਾ ਚਾਹੀਦਾ, ਪਰ ਬਈ ਇੰਨੇ ਕੁ ਮਹਿੰਗੇ ਮਹਿੰਗੇ ਵੀਜ਼ਾ ਨੇ, ਕਈ ਕਈ ਕੰਪਨੀਆਂ ਨੇ ਤਾਂ $2,000 ਮੰਗਿਆ ਇੱਕ ਵੀਜ਼ਾ ਦਾ, ਔਰ ਇਨਵੀਟੇਸ਼ਨ ਦਾ $500-$700 ਅਲੱਗ ਤੋਂ, ਸਾਡੇ ਤੋਂ ਹੋਟਲ ਵੀ ਲਓ ਬਈ, ਹੋਟਲ ਲੈਣਾ ਪਊਗਾ ਤਾਂ ਇੱਕ ਜਣੇ ਦਾ $100 ਤੁਹਾਨੂੰ ਅਲੱਗ ਤੋਂ ਦੇਣਾ ਪਊਗਾ, ਫਿਰ ਸਾਡੇ ਤੋਂ ਗੱਡੀ ਲਓ, ਫਿਰ ਸਾਡੇ ਤੋਂ ਪੁਲਿਸ ਦੀ ਸਿਕਿਉਰਿਟੀ ਲਓ। ਮਤਲਬ ਇੱਕ ਇੱਕ ਦੇਸ਼ ਦੇ ਵਿੱਚ ਖਰਚਾ ਜਿਹੜਾ ਉਹਨਾਂ ਨੇ ਨਾ ਬਈ ਘੱਟੋ ਘੱਟ 6-7 ਲੱਖ ਰੁਪਇਆ ਗਣਵਾਤਾ। ਸੋ ਕਹਿਣ ਦਾ ਮਤਲਬ ਮੈਂ 20 ਦਿਨ ਇਹਨਾਂ ਦੇਸ਼ਾਂ ਦੇ ਵਿੱਚ ਟੋਟਲ ਰਹੂੰਗਾ, 20-22 ਦਿਨ ਦਾ ਮੇਰਾ ਟ੍ਰਿਪ ਹੈ, ਔਰ 22 ਦਿਨਾਂ ਦੇ ਅੰਦਰ, ਹੁਣ ਤੁਸੀਂ ਕਹੋਗੇ ਕਿ 22 ਦਿਨ ਹੀ ਕਿਉਂ, ਕਿਉਂਕਿ ਇਹਨਾਂ ਦੀਆਂ ਰਾਜਧਾਨੀਆਂ ਵੀ ਆਪਣੇ ਪਿੰਡਾਂ ਨਾਲੋਂ ਕਾਫੀ ਜ਼ਿਆਦਾ ਕਮਜ਼ੋਰ ਨੇ, ਅਤੇ ਉਹ ਤੁਹਾਨੂੰ ਦੇਖਣ 'ਚ ਹੀ ਪਤਾ ਲੱਗ ਜੂਗਾ। ਖੈਰ ਅੱਜ ਦੀ ਵੀਡੀਓ 'ਚ ਤਾਂ ਆਪਾਂ ਐਡਿਸ ਅਬਾਬਾ ਪਹੁੰਚਾਂਗੇ ਔਰ ਇਹਦੇ ਬਾਰੇ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਊਂਗਾ, ਲੇਕਿਨ ਮੈਂ ਆਉਣ ਵਾਲੀ ਵੀਡੀਓ ਦੀ ਗੱਲ ਕਰ ਰਿਹਾ। ਸੋ ਉਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਅਤੇ ਉਹ ਸਮਝ ਲਓ ਕਿ ਰਾਜਧਾਨੀ ਪਿੰਡਾਂ ਵਰਗੀ ਹੈ, ਤਾਂ ਉੱਥੇ 3-4 ਦਿਨ ਕਾਫੀ ਨੇ। ਵੈਸੇ ਤਾਂ ਲੋਕ ਤਾਂ ਬਹੁਤੇ ਗੋਰੇ ਮੈਂ ਦੇਖੇ ਜਿਹੜੇ 1-2 ਦਿਨ ਹੀ ਬਿਤਾਉਂਦੇ ਨੇ, ਪਰ ਸਟਿਲ ਮੈਂ ਸੋਚਿਆ ਕਿ 2-3 ਦਿਨ ਆਪਾਂ ਉੱਥੇ ਬਿਤਾਵਾਂਗੇ, ਜੇ ਪੋਸੀਬਲ ਹੋਇਆ ਉਹਨਾਂ ਦੀ ਰਾਜਧਾਨੀ ਤੋਂ ਬਾਹਰ ਜਾਣਾ ਤਾਂ ਆਪਾਂ ਜ਼ਰੂਰ ਉਹ ਵੀ ਜਾਵਾਂਗੇ। ਹੱਲ ਕੀਤਾ, ਸਿਕਿਉਰਿਟੀ ਦੀ ਵੀ ਗੱਲ ਕੀਤੀ ਹੈ, ਗੱਡੀਆਂ ਦੀ ਵੀ ਗੱਲ ਕੀਤੀ ਹੈ, ਕਿਉਂਕਿ ਇਕੱਲੇ ਜਾਣਾ ਉੱਥੇ ਅਲਾਓ ਨਹੀਂ, ਤੁਹਾਨੂੰ ਕਿਸੇ ਨੇ ਅਲਾਓ ਹੀ ਨਹੀਂ ਕਰਨਾ, ਮਤਲਬ ਏਅਰਪੋਰਟ ਤੋਂ ਬਾਹਰ ਵੀ ਜਾਣਾ ਅਲਾਓ ਨਹੀਂ ਕਰਦੇ ਇਹ ਦੇਸ਼। ਪੈਸੈਂਜਰ ਤਾਂ ਕਾਫੀ ਲੱਗ ਰਹੇ ਸੀਗੇ, ਪਰ ਬਹੁਤ ਸਾਰੇ ਲੋਕ ਨੇ ਜਿਹੜੇ ਬਈ ਕੋਈ ਯੂਰਪ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਸਾਰੇ ਨੇ। ਅਤੇ ਆਪਾਂ ਵੀ ਆ ਕੇ ਬਹਿ ਗਏ, 27L ਸੀਟ ਹੈ, ਨਵਨਕੁਰ ਬਾਈ ਦੀ ਸੀਟ ਅੱਗੇ ਆ, ਮੈਨੂੰ ਲੱਗਦਾ 13-14 ਨੰਬਰ ਆ ਜਿਹੜੀ ਵੀ ਆ। ਮੇਰੇ ਸਾਹਮਣੇ ਬਿਲਕੁਲ ਵਿੰਗ ਆ ਗਈ ਬਈ, ਨਜ਼ਾਰੇ ਤਾਂ ਥੋੜ੍ਹੇ ਬਹੁਤ ਦੇਖਦੇ ਰਹਿਣਗੇ, ਅੱਜ ਮੀਂਹ ਦਾ ਮੌਸਮ ਹੈ। ਆਲਮੋਸਟ ਇਹ ਫਲਾਈਟ ਬਈ ਉੱਡੂਗੀ 5:30 ਘੰਟੇ ਜਿੱਥੇ ਤੱਕ ਮੈਨੂੰ ਲੱਗਦਾ, ਹਾਲੇ ਚੱਲ ਨਹੀਂ ਰਹੀ ਸਕਰੀਨ,
ਚੱਲਦੀ ਤਾਂ ਮੈਂ ਤੁਹਾਨੂੰ ਦਿਖਾਉਂਦਾ। ਬਈ ਮੇਰੀ ਹਲੇ 4-5 ਦਿਨ ਪਹਿਲਾਂ ਇੱਕ ਸਰਜਰੀ ਹੋਈ ਹੈ, ਮੇਰੀ ਸਿਹਤ ਕਾਫੀ ਡਾਊਨ ਹੈ, ਮੈਂ ਵੀਡੀਓ ਫਿਰ ਭੁੱਲ ਜਾਂਦਾ ਬਈ ਪਾਉਣੀ, ਮੈਂ ਪਤਾ ਨਹੀਂ ਉਦੋਂ ਪਾ ਦਿੰਦਾ ਤਾਂ ਪਾ ਦਿੰਦਾ, ਮੈਨੂੰ ਇੱਦਾਂ ਲੱਗਿਆ ਕਿ ਯਾਰ ਸਿੰਪਤੀ ਜੀ ਹੋ ਜਾਊਗੀ, ਲੋਕ ਕਹਿਣਗੇ ਹਾਂ ਬਈ ਆਪਦਾ ਇੱਦਾਂ ਬਹਾਨੇ 'ਚ ਬਣਾ ਕੇ ਸਿੰਪਤੀ ਲੈਣਾ, ਪਰ ਹੁਣ ਤੁਹਾਡੀ ਬਹੁਤ ਕੁਐਸਚਨ ਹੋਣ ਲੱਗ ਗਏ। ਅੱਜ ਮੈਨੂੰ ਘੱਟੋ ਘੱਟ 30 ਬੰਦੇ ਮਿਲੇ, ਮੈਂ ਨਾ ਵੀਡੀਓ ਨਹੀਂ ਬਣਾਉਂਦਾ ਹੁੰਦਾ ਕਦੇ ਵੀ ਏਅਰਪੋਰਟ ਤੋਂ ਆਉਂਦੇ ਹੋਏ, ਲੇਕਿਨ ਘੱਟੋ ਘੱਟ 30-32 ਬੰਦੇ ਮਿਲੇ, ਕੋਈ ਫੈਮਲੀਆਂ ਸੀਗੀਆਂ, ਕੋਈ ਕਿੱਦਾਂ ਜਾਣਦਾ ਹੁੰਦਾ, ਕੋਈ ਕਿੱਦਾਂ, ਹੈ ਨਾ, ਸਾਰੇ ਦੇਖਦੇ ਹੀ ਹੋ ਤੁਸੀਂ ਪਿਆਰ ਕਰਨ ਵਾਲੇ। ਅਤੇ ਬਈ ਸਾਰਿਆਂ ਦਾ ਇੱਕੋ ਹੀ ਕੁਐਸਚਨ ਹੁੰਦਾ ਕਿ ਬਾਈ ਜੀ ਬੜੇ ਕਮਜ਼ੋਰ ਹੋ ਗਏ ਵੀਡੀਓ 'ਚ, ਤੁਸੀਂ ਨਹੀਂ ਲੱਗਦੇ, ਪਿੱਛੇ ਜੇ ਦੇਖਿਆ ਪਹਿਲਾਂ ਤੁਸੀਂ ਤਕੜੇ ਸੀਗੇ, ਕਿਉਂਕਿ ਜਿਹੜੇ 4-5 ਸਾਲਾਂ ਤੋਂ ਮੈਨੂੰ ਦੇਖ ਰਿਹਾ ਤਾਂ ਉਹਨਾਂ ਨੂੰ ਪਤਾ ਲੱਗਦਾ। ਸੋ ਉਹ ਕੁਛ ਇੱਦਾਂ ਦਾ ਹੈਪਨ ਹੋਇਆ। ਹੁਣ ਵੀ ਬਈ ਮੈਂ ਰੀਸੈਂਟਲੀ ਮੇਰੀ ਇੱਕ ਸਰਜਰੀ ਸੀਗੀ ਔਰ ਮੇਰੇ ਸਟੰਟ ਪਿਆ ਹੋਇਆ, ਪਰ ਬਈ ਇੰਨਾ ਕੁ ਮਹਿੰਗਾ ਸੀ, ਮੈਂ ਆਲਰੇਡੀ 5-6 ਲੱਖ ਰੁਪਇਆ ਖਰਚਾ ਕਰ ਚੁੱਕਿਆ ਇਕੱਲੀਆਂ ਫਲਾਈਟਾਂ 'ਤੇ, ਇਹ ਫਲਾਈਟ ਮੇਰੀ ਸਿਰਫ 51,000 ਦੀ, ਉਸ ਤੋਂ ਅੱਗੇ ਬਈ 2-2 ਘੰਟੇ ਦੀਆਂ, ਘੰਟੇ ਦੀਆਂ ਫਲਾਈਟਾਂ 60-70 ਹਜ਼ਾਰ ਦੀਆਂ ਨੇ। ਸੋ ਤਾਂ ਕਰਕੇ ਬਈ ਮੈਂ ਖਰਚਾ ਕਾਫੀ ਕਰ ਚੁੱਕਿਆ ਸੀਗਾ, ਮੈਂ ਕਿਹਾ ਯਾਰ ਹੁਣ ਜਾਣਾ ਹੀ ਪੈਣਾ। ਡਾਕਟਰ ਨਾਲ ਸਾਰੀ ਸਲਾਹ ਕੀਤੀ, ਉਹਨਾਂ ਨੇ ਕਿਹਾ ਕੋਈ ਚੱਕਰ ਨਹੀਂ ਹੈ, ਸਟੰਟ ਵਗੈਰਾ ਦਾ 20-25 ਦਿਨ ਬਾਅਦ ਕੱਢਾਂਗੇ, ਉਹ ਤੱਕ ਮੈਂ ਵੈਸੇ ਵੀ ਵਾਪਸ ਆ ਜਾਣਾ। ਹਾਂ ਇੱਦਾਂ ਦਾ ਕੁਛ ਹੈਗਾ ਬਈ, ਅਤੇ ਬਾਕੀ ਹੁਣ ਰੱਬ ਸੁੱਖ ਰੱਖੇ ਅਤੇ ਫਲਾਈਟ ਜਾਵੇ ਵਧੀਆ ਵਧੀਆ, ਅਤੇ ਵਧੀਆ ਵਧੀਆ ਆਪਾਂ ਪਹੁੰਚੀਏ ਅਤੇ ਤੁਹਾਨੂੰ ਨਜ਼ਾਰੇ ਦਿਖਾਈਏ। ਕੋਸ਼ਿਸ਼ ਕਰੂੰਗਾ ਮੈਂ ਤੁਹਾਨੂੰ ਐਡਿਸ ਅਬਾਬਾ ਦੇ ਥੋੜ੍ਹੇ ਬਹੁਤ ਇਸ ਇੱਕ ਵੀਡੀਓ ਦੇ ਵਿੱਚ ਨਜ਼ਾਰੇ ਦਿਖਾ ਦੇਵਾਂ, ਅਤੇ ਉਸ ਤੋਂ ਬਾਅਦ ਤਾਂ ਫਿਰ ਅੱਗੇ ਤਾਂ ਖਤਰਨਾਕ ਹੀ ਖਤਰਨਾਕ ਹੋਣ ਵਾਲਾ। ਇਥੋਪੀਆ ਨੂੰ ਤੁਸੀਂ ਇੰਨਾ ਖਤਰਨਾਕ ਨਹੀਂ ਕਹਿ ਸਕਦੇ, ਜੋ ਵੀ ਟ੍ਰਾਈਬਾਂ ਟ੍ਰੂਈਬਾਂ ਜੋ ਵੀ ਨੇ, ਸਭ ਵੀ ਪੈਸੇ ਲੈ ਕੇ ਤੁਹਾਡਾ ਇੱਕ ਟੂਰ ਹੋ ਜਾਂਦਾ ਔਰ ਕਾਫੀ ਸੇਫ ਹੁੰਦਾ ਉਹ ਸਾਰਾ ਕੁਛ। ਅਤੇ ਈਸਟ ਅਫਰੀਕਾ ਕਾਫੀ ਸੇਫ ਹੈ ਬਈ, ਬਹੁਤ ਸੇਫ ਹੈ, ਤੁਸੀਂ ਵੀ ਜਾ ਸਕਦੇ ਹੋ, ਕੋਈ ਇਸ਼ੂ ਵਾਲੀ ਗੱਲ ਨਹੀਂ ਹੈ। ਫਲਾਈਟਾਂ ਵੀ ਚੱਲਦੀਆਂ ਨੇ, ਸਸਤੀਆਂ ਵੀ ਫਲਾਈਟਾਂ ਮਿਲ ਜਾਣਗੀਆਂ ਤੁਹਾਨੂੰ, ਕਨੈਕਟੀਵਿਟੀ ਹੈ, ਵੱਡੀਆਂ ਵੱਡੀਆਂ ਏਅਰਲਾਈਨਸ ਚੱਲਦੀਆਂ ਨੇ, ਲੇਕਿਨ ਸੈਂਟਰ ਅਤੇ ਵੈਸਟ ਪਾਰਟ ਹੈ ਨਾ ਜਿਹੜਾ, ਉਹਦੇ 'ਚ ਹੈ ਗੜਬੜੀ, ਕਾਫੀ ਗੜਬੜੀ। ਔਰ ਸੈਂਟਰ ਅਫਰੀਕਨ ਰਿਪਬਲਿਕ ਇਹਨਾਂ ਦੇਸ਼ਾਂ ਦੇ ਵਿੱਚ ਬਈ ਕੋਈ ਆਪਣਾ ਬੰਦਾ ਰਹਿੰਦਾ ਵੀ ਨਹੀਂ, ਜੇ ਰਹਿੰਦਾ ਹੋਊਗਾ ਤਾਂ ਬਹੁਤ ਹੀ ਰੇਅਰ ਬਈ, ਬਹੁਤ ਹੀ ਰੇਅਰ ਚਾਂਸ ਹੈ ਕਿ ਚੈਡ ਵਰਗੇ ਦੇਸ਼ਾਂ ਦੇ ਵਿੱਚ, ਇਹਨਾਂ ਦੇਸ਼ਾਂ ਦੇ ਵਿੱਚ ਕੋਈ ਆਪਣਾ ਬੰਦਾ ਰਹਿੰਦਾ ਹੋਵੇ। ਲਓ ਬਈ ਚੱਲਣ ਲੱਗੀ ਆ ਫਲਾਈਟ, ਪਰ ਮੀਂਹ ਆ ਗਿਆ ਬਈ ਬਾਹਰ ਔਰ ਬੱਦਲ ਵੀ ਕਾਫੀ ਆਏ ਹੋਏ ਆ, ਚਲੋ ਦੇਖਦੇ ਹਾਂ। ਹੁਣ ਕਾਫੀ ਤੇਜ਼ ਮੀਂਹ ਪੈ ਰਿਹਾ ਬਈ ਬਾਹਰ, ਹੁਣੇ ਨਹੀਂ ਪੈ ਰਿਹਾ ਸੀਗਾ, ਥੋੜ੍ਹੀ ਦੇਰ ਖੜ੍ਹੀ ਹੋਈ ਸੀ ਫਲਾਈਟ ਅਤੇ ਉਦੋਂ ਨੂੰ ਮੀਂਹ ਪੈਣ ਲੱਗ ਪਿਆ। ਚਲੋ ਬਈ ਚੱਲਦੇ ਮੀਂਹ ਦੇ ਵਿੱਚ ਬਾਈ ਫਲਾਈਟ ਨੂੰ ਚੜਾਊਗਾ, ਚਲੋ ਬਈ ਆਰਾਮ ਨਾਲ ਚੜਾਈ ਬਾਈ ਬਣ ਗਏ, ਬੱਦਲਾਂ ਬੁੱਦਲਾਂ 'ਚ ਵੀ ਹੋਰ ਮਾਰੂਗਾ। ਉੜਦੀ ਨੂੰ ਲਗਭਗ 1 ਘੰਟਾ ਹੋ ਗਿਆ, ਅਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ, ਇਹ ਬੋਇੰਗ ਦੇ ਲਗਭਗ ਜਹਾਜ਼ਾਂ ਤੁਹਾਨੂੰ ਮਿਲ ਜੂਗੀ, ਆਹ ਦੇਖੋ ਇੱਕ ਇੱਥੇ ਬਟਨ ਹੁੰਦਾ, ਇੱਥੇ ਕਰਿਆ ਤਾਂ ਬਿਲਕੁਲ ਚਿੱਟਾ ਹੈ, ਅਤੇ ਇੱਧਰ ਦੇਖਿਓ ਜਿਵੇਂ ਜਿਵੇਂ ਮੈਂ ਬਟਨ ਦੱਬੂੰਗਾ, ਦੇਖੋ ਰੰਗ 'ਚ ਕਿੰਨਾ ਫਰਕ ਪੈ ਗਿਆ, ਬਿਲਕੁਲ ਥੋੜ੍ਹੀ ਦੇਰ ਬਾਅਦ ਹੋਰ ਹੈ ਬਲੈਕ ਜਾਂ ਬਲੂ ਜਿਹਾ ਹੋ ਜੂਗਾ, ਮਤਲਬ ਬਲੈਕ ਬਲੈਕ ਜਾਂ ਬਲੂ ਬਲੂ ਜਿਹਾ ਲੱਗੂਗਾ ਤੁਹਾਨੂੰ। ਸੋ ਇੱਦਾਂ ਤੁਸੀਂ ਜਿਹੜਾ ਇਹਦਾ ਆਨੰਦ ਲੈ ਸਕਦੇ ਹੋ। ਦੇਖੋ ਹੁਣ ਮੈਂ ਦੁਬਾਰਾ ਉਹਨੂੰ ਉੱਥੇ ਲੈ ਕੇ ਆਊਂਗਾ, ਦੇਖਿਓ ਹੌਲੀ ਹੌਲੀ ਵਾਈਟ ਹੋ ਰਿਹਾ, ਹੁਣ ਇਹ ਪੂਰਾ ਵਾਈਟ ਹੋ ਜੂਗਾ, ਇੱਧਰੋਂ ਤੁਸੀਂ ਇਹਨੂੰ ਇੱਥੇ ਲਿਆਉਣਾ। ਬੋਇੰਗ ਦੇ ਜ਼ਿਆਦਾਤਰ ਬੋਇੰਗ 787 ਹੈ, ਇਹਦੇ ਵਿੱਚ ਮੈਨੂੰ ਜ਼ਿਆਦਾ ਦੇਖਣ ਨੂੰ ਮਿਲਿਆ, ਹੁੰਦਾ ਹੋਊਗਾ ਏਅਰਬੱਸ ਵਗੈਰਾ 'ਚ ਵੀ, ਪਰ ਮੈਂ ਕਦੇ ਧਿਆਨ ਨਹੀਂ ਦਿੱਤਾ, ਜਦੋਂ ਵੀ ਮੇਰਾ ਕਦੇ ਧਿਆਨ ਪਿਆ ਤਾਂ ਹਮੇਸ਼ਾ ਬੋਇੰਗ ਹੀ ਹੁੰਦਾ। ਔਰ ਇਹ ਵੀ ਮੈਨੂੰ ਲੱਗਦਾ ਵਿੱਚ ਵਿਚਾਲੇ ਵਾਲਾ ਮਾਡਲ ਹੈ, ਬਿਲਕੁਲ ਨਵੇਂ ਵਾਲਿਆਂ 'ਚ ਕਿੱਦਾਂ ਆਉਂਦਾ ਮੈਨੂੰ ਪਤਾ ਨਹੀਂ ਗਾ। ਉਹ ਦੇਖੋ ਜਿੱਦਾਂ ਉੱਧਰ ਬਾਈ ਨੇ ਕਰ ਰੱਖਿਆ, ਉਹਨੇ ਨਹੀਂ ਕਰ ਰੱਖਿਆ, ਚਿੱਟਾ ਦੇਖ ਰਿਹਾ ਅਤੇ ਉਹ ਦੇਖ ਰਿਹਾ ਸਕਾਈ ਬਲੂ।
ਠੰਡ ਠੁੰਡ ਕਾਫੀ ਕਰਕੇ ਰੱਖਦੇ ਆ। ਮੈਂ ਤਾਂ ਇਹਨਾਂ ਦਾ ਲੈ ਲਿਆ ਕੰਬਲ ਜਿਹਾ। ਇਥੋਪੀਆ ਦੀ ਜਿਹੜੀ ਏਅਰਲਾਈਨ ਆ ਉਹਦਾ ਇੱਦਾਂ ਦਾ ਹੀ ਕੁਛ ਰੰਗ ਜਿਹਾ, ਸ਼ਾਇਦ ਇਹਨਾਂ ਦੇ ਝੰਡੇ ਦਾ ਕਿਹੜਾ ਰੰਗ ਹੈ ਯਾਦ ਨਹੀਂ ਆ ਰਿਹਾ ਮੈਨੂੰ, ਇੱਦਾਂ ਦਾ ਹੀ ਆ ਕੁਛ, ਇਹਨਾਂ ਦਾ ਝੰਡਾ ਵੀ ਪੀਲਾ ਨੀਲਾ ਜਿਹਾ ਇੱਦਾਂ। ਸੋ ਇਥੋਪੀਅਨ ਏਅਰਲਾਈਨ ਦਾ ਵੀ ਸੋਹਣਾ ਹੈ, ਵਧੀਆ ਲੱਗ ਰਿਹਾ। ਬਾਹਰ ਕੁਛ ਇੱਦਾਂ ਦੇ ਨਜ਼ਾਰੇ ਚੱਲ ਰਹੇ, ਥੱਲੇ ਤਾਂ ਕੁਛ ਦੇਖ ਨਹੀਂ ਰਿਹਾ, ਸ਼ਾਇਦ ਹਾਲੇ ਤਾਂ ਆਪਾਂ ਇੰਡੀਆ ਦੇ ਉੱਤੋਂ ਦੀ ਉੱਡ ਰਹੇ ਹਾਂ, ਥੋੜ੍ਹੀ ਦੇਰ ਬਾਅਦ ਆਪਾਂ ਸਮੁੰਦਰ ਦੇ ਉੱਤੇ ਅਰੇਬੀਅਨ ਸੀ ਹੈ ਉਹਦੇ ਉੱਤੋਂ ਦੀ ਉੱਡਣਾ ਸ਼ੁਰੂ ਕਰਾਂਗੇ। ਯਮਨ ਦੇ ਆਈਲੈਂਡਸ ਵਗੈਰਾ ਦੇ ਉੱਤੋਂ ਦੀ ਹੁੰਦੇ ਹੋਏ ਆਪਾਂ, ਸੋਮਾਲੀਆ ਦੇ ਉੱਤੋਂ ਦੀ ਹੁੰਦੇ ਹੋਏ ਸ਼ਾਇਦ, ਜਾਂ ਫਿਰ ਸੀ ਵਾਲੇ ਪਾਸੇ ਦੀ ਹੁੰਦੇ ਹੋਏ ਆਪਾਂ ਇਥੋਪੀਆ 'ਚ ਐਂਟਰ ਕਰਾਂਗੇ। ਚਲੋ ਹਾਲੇ ਮੈਨੂੰ ਲੱਗਦਾ 4.5 ਘੰਟੇ ਹੋਰ ਲਾਊਗੀ, ਘੰਟਾ ਸਵਾ ਘੰਟਾ ਤਾਂ ਹੋ ਗਿਆ ਉੱਡਦੇ ਹੋਏ। ਖਾਣਾ ਪੀਣਾ ਆਉਣ ਵਾਲਾ ਯਾਰ, ਬ੍ਰੇਕਫਾਸਟ ਦਿਓ ਅਤੇ ਖਾ ਕੇ ਮੇਰੇ ਹਿਸਾਬ ਨਾਲ ਜਾਂ ਤਾਂ ਲੰਚ ਦੇਣਗੇ, ਪਤਾ ਨਹੀਂ ਬ੍ਰੇਕਫਾਸਟ ਦੇਣਗੇ, ਬ੍ਰੇਕਫਾਸਟ ਦੇਣਗੇ। ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਸੀ ਆਪਾਂ ਕਰਨਾ ਸੀ, ਅਤੇ ਹੁਣ ਇਹ ਸਾਰੀਆਂ ਵਿੰਡੋਜ਼ ਦੇਖ ਲਓ ਨੀਲੀਆਂ ਨੀਲੀਆਂ ਹੋ ਗਈਆਂ। ਮੈਂ ਕਿਹਾ ਕੀ ਹੋ ਗਿਆ, ਇਹਨਾਂ ਨੇ ਆਪ ਕੀਤੀਆਂ ਹੋਣਗੀਆਂ, ਚਾਹੀਏ ਤਾਂ ਆਪਾਂ ਸ਼ਾਇਦ ਇੱਥੋਂ ਇਹਨੂੰ ਇੱਦਾਂ ਵਾਈਟ ਕਰ ਸਕਦੇ ਹਾਂ। ਉਹ ਵੀ ਫਾਈਨਲੀ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ, ਅਤੇ ਖਾਣੇ ਪੀਣੇ ਦੀ ਤਿਆਰੀ ਹੈ ਬਈ। ਸਾਰਾ ਖਾਣਾ ਪੀਣਾ ਜਿਹੜਾ ਤਿਆਰ ਆਲਮੋਸਟ ਹੋ ਚੁੱਕਿਆ, ਇਹਨਾਂ ਨੇ ਲਾੜਿਆ ਇੱਥੇ ਅਤੇ ਵਰਤਾ ਰਹੇ ਨੇ ਬਈ। ਬਹੁਤ ਭੁੱਖ ਲੱਗ ਗਈ ਸੀ ਬਈ, ਆਹ ਤਾਂ ਅਜੀਬ ਹੀ ਸੀਗਾ ਯਾਰ, ਕੁਛ ਪਤਾ ਨਹੀਂ ਕੀ ਹੈ, ਇਟਾਲੀਅਨ ਉਟੂਲੀਅਨ ਜਾਏਗਾ ਪਤਾ ਨਹੀਂ ਕੀ ਹੈ, ਮਤਲਬ ਉੱਦਾਂ ਹੀ ਹੈ। ਤਾਂ ਮੈਂ 2 ਲੈ ਲਏ ਯਾਰ, ਕੰਬਲ 'ਚ ਬੜੀ ਠੰਡ ਕਰ ਰੱਖੀ ਸੀ ਇਹਨਾਂ ਨੇ। ਆਈ ਨੀਡ ਵੈਜੀਟੇਰੀਅਨ, ਆਈ ਆਲਰੇਡੀ ਐਡਿਡ ਇਨ ਦਾ ਇਥੋਪੀਅਨ ਅਕਾਊਂਟ ਸਪੈਸ਼ਲ ਮੀਲ, ਯਾ ਪਲੀਜ਼ ਬਈ। ਮੈਂ ਆਲਰੇਡੀ ਇਥੋਪੀਅਨ ਦੇ ਅਕਾਊਂਟ ਦੇ ਵਿੱਚ ਨਾ ਬਣਾ ਕੇ ਆਲਰੇਡੀ ਐਡ ਕਰਕੇ ਰੱਖਤਾ ਕਿ ਮੇਰਾ ਹਮੇਸ਼ਾ ਮੀਲ ਜਿਹੜਾ ਨਾ ਉਹ ਹਿੰਦੂ ਵੈਜੀਟੇਰੀਅਨ ਮੀਲ ਹੋਣਾ ਚਾਹੀਦਾ। ਇੱਦਾਂ ਮਤਲਬ ਇਹਦੇ ਵਿੱਚ ਨਾ 3-4 ਆਪਸ਼ਨਾਂ ਹੁੰਦੀਆਂ, ਹਿੰਦੂ ਨੋਨ ਵੈਜੀਟੇਰੀਅਨ, ਹਿੰਦੂ ਵੈਜੀਟੇਰੀਅਨ, ਏਸ਼ੀਅਨ ਵੈਜੀਟੇਰੀਅਨ। ਏਸ਼ੀਅਨ ਵੈਜੀਟੇਰੀਅਨ ਦੇ ਵਿੱਚ ਨਾ ਨਿਊਡਲਸ ਨੈਡਲਸ ਕਈ ਵਾਰ ਦੇ ਦਿੰਦੇ ਆ, ਪਾਸਤਾ ਪੂਸਤਾ। ਸੋ ਤਾਂ ਕਰਕੇ ਹਮੇਸ਼ਾ ਹਿੰਦੂ ਵੈਜੀਟੇਰੀਅਨ ਮੀਲ ਹੀ ਸਿਲੈਕਟ ਕਰਨਾ। ਪਰ ਇਸ ਫਲਾਈਟ ਲਈ ਸਪੈਸ਼ਲ ਔਡਰ ਨਹੀਂ ਕੀਤਾ ਸੀ, ਮੈਨੂੰ ਲੱਗਿਆ ਮੈਂ ਅਕਾਊਂਟ 'ਚ ਕੀਤਾ ਹੋਇਆ ਤਾਂ ਹੋਊਗਾ, ਬਟ ਉਹ ਕਹਿੰਦੇ ਮੈਨੂੰ ਚੈੱਕ ਕਰਨਾ ਪੈਣਾ। ਚਲੋ ਚੈੱਕ ਕਰਦੇ ਆ ਤਾਂ ਫਿਰ ਦਿੰਦੇ ਆ ਬਈ, ਹੋਵੇ ਹੁਣ ਇਹ ਨਾ ਹੋਵੇ ਕਿ ਕੰਮ ਖਰਾਬ ਹੋ ਜੇ। ਵੈਸੇ ਇੰਡੀਆ ਤੋਂ ਔਡਰ ਹੀ ਆ ਫਲਾਈਟ, ਤਾਂ ਵੈਜੀਟੇਰੀਅਨ ਹੋਣਾ ਚਾਹੀਦਾ ਔਰ ਹੁੰਦਾ ਹੀ ਆਲਮੋਸਟ। ਲਓ ਜੀ ਇੱਧਰ ਆਪਣੇ ਖਾਣੇ ਪਧਾਰ ਚੁੱਕੇ ਨੇ, ਵੈਜੀਟੇਰੀਅਨ ਹੈ ਇਹ, ਇੱਕ ਬ੍ਰੈਡ ਹੁੰਦਾ ਹੀ ਹੁੰਦਾ, ਇਹ ਸ਼ਾਇਦ ਕੋਈ ਚਟਨੀ ਚੁਟਨੀ ਹੋਊਗੀ। ਇਥੋਪੀਆ ਦੇ ਵਿੱਚ ਵੀ ਵੈਜੀਟੇਰੀਅਨ ਦਾ ਕਾਫੀ ਟ੍ਰੈਂਡ ਹੈ। ਇਹ ਆਪਣਾ ਕੇਕ ਹੋਊਗਾ ਅਤੇ ਅਮੂਲ ਬਟਰ ਆ ਗਿਆ, ਇਹ ਅਮੂਲ ਚੀਜ਼ ਹੋਊਗੀ, ਬਿਸਕੁਟ ਆ ਗਏ, ਇੱਧਰ ਫੋਕ ਵਗੈਰਾ ਹੋਣਗੇ, ਅਤੇ ਆਪਣਾ ਸੈਲਡ ਆ ਗਿਆ, ਇਹਦੇ ਚੌਲ ਹੋਣਗੇ। ਕੀ ਹੋਊਗਾ ਖੋਲ੍ਹ ਕੇ ਦੇਖਦੇ ਹਾਂ। ਨਹੀਂ ਬਈ ਕੀ ਆ, 2 ਟਿੱਕੀਆਂ ਜਿਹੀਆਂ ਕਾਹਦੀਆਂ ਨੇ ਇਹ ਯਾਰ, ਚੌਲਾਂ ਦੀਆਂ ਹੋਣ ਤਾਂ ਪਤਾ ਲੱਗ ਜੂ। ਥੱਲੇ ਤਾਂ ਕੁਛ ਆ ਪੇਠਾ ਜ਼ੁਕੀਨੀ ਲੱਗ ਰਹੀ ਹੈ, ਪੇਠਾ ਹੋਊਗਾ ਜੋ ਵੀ, ਆ ਟਮੈਟੋ ਟਮੂਟੋ ਲੱਗ ਰਹੇ ਨੇ, ਟਮਾਟਰ ਟਮੂਟਰ ਦਾ ਵਧੀਆ ਮਾਹੌਲ ਜਿਹਾ ਆ, ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ, ਪਰ ਆਹ ਪਤਾ ਨਹੀਂ ਕੀ ਚੀਜ਼ ਆ ਯਾਰ। ਚਲੋ ਜੋ ਵੀ ਹੁਣ ਖਾਣੀ ਪਊਗੀ। ਲਓ ਵੀ ਖਾਣਾ ਲਿਆ ਖਾ ਆਪਾਂ, ਅਤੇ ਸਾਰਾ ਕੁਛ ਖਾਲੀ ਕਰਤਾ, ਕੁਛ ਨਹੀਂ ਛੱਡਿਆ ਆਪਾਂ, ਬਸ ਬਿਸਕੁਟ ਛੱਡੇ ਆ ਕਿਉਂਕਿ ਮੈਂ ਚਾਹ ਨਹੀਂ ਲਈ, ਪਾਣੀ ਸੀਗਾ, ਜੇ ਲੋੜ ਪਈ ਤਾਂ ਚਾਹ 'ਚੋਂ ਦੇਖ ਲਵਾਂਗੇ, ਪਰ ਵੈਸੇ ਮੇਰੇ ਹਿਸਾਬ ਨਾਲ ਹੁਣ ਆਉਣਾ ਹੀ ਨਹੀਂ ਉਹਨਾਂ ਨੇ। ਇੱਧਰ ਆ ਚਟਨੀ ਲਈ, ਬਾਕੀ ਸਾਰਾ ਕੁਛ ਇੱਕ ਨੰਬਰ ਸੀ ਮਾਹੌਲ। ਇਥੋਪੀਅਨ ਖਾਣਾ ਵੈਸੇ ਵੀ ਵਧੀਆ ਹੁੰਦਾ, ਇਥੋਪੀਅਨ ਖਾਣਾ ਹੀ ਸੀ, ਇੰਡੀਅਨ ਖਾਣਾ ਨਹੀਂ ਸੀਗਾ, ਬਿਲਕੁਲ ਇਥੋਪੀਅਨ ਸਟਾਈਲ ਦਾ ਸੀਗਾ। ਮੈਂ ਕਾਫੀ ਸੁਣਿਆ ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਨੇ ਜਿਹੜੇ ਉਹ ਕਈ ਕਈ ਵਾਰ ਇਥੋਪੀਆ ਗਏ ਨੇ। ਕਈ ਵਾਰ ਇੱਦਾਂ ਜ਼ਿਕਰ ਮੇਰੇ ਕੰਨਾਂ ਦੇ ਵਿੱਚ ਪਿਆ ਕਿ ਜਿਹੜਾ ਇਥੋਪੀਅਨ ਖਾਣਾ ਉਹ ਕਾਫੀ ਜ਼ਿਆਦਾ ਵਧੀਆ, ਐਜ਼ ਏ ਵੈਜੀਟੇਰੀਅਨ ਬੰਦੇ ਲਈ ਵੀ ਕਾਫੀ ਸਾਰੀਆਂ ਆਪਸ਼ਨਸ ਨੇ ਉੱਥੇ। ਆਲਮੋਸਟ ਹੁਣ ਕੋਈ 25 ਮਿੰਟਾਂ ਦੇ ਵਿੱਚ ਵਿੱਚ ਆਪਾਂ ਥੱਲੇ ਉਤਰਾਂਗੇ, ਅਤੇ ਮੈਨੂੰ ਲੱਗਦਾ ਵੀ ਪਾਇਲਟ ਸਾਹਿਬ ਲਾਉਣ ਲੱਗ ਗਏ। ਅਨਾਊਂਸਮੈਂਟ ਤਾਂ ਵੈਸੇ ਕੋਈ ਕੀਤੀ ਨਹੀਂ ਆ, ਪਰ ਮੈਨੂੰ ਲੱਗ ਰਿਹਾ ਥੋੜ੍ਹਾ ਥੋੜ੍ਹਾ ਥੱਲੇ ਜਾ ਰਿਹਾ,
25-30 ਮਿੰਟਾਂ ਦੇ ਵਿੱਚ ਵਿੱਚ ਆਪਾਂ ਪਹੁੰਚ ਜਾਾਂਗੇ ਐਡਿਸ ਅਬਾਬਾ। ਫਿਰ ਬਾਈ ਜੀ ਆਪਣੇ ਨਾਲ ਆ ਗਏ ਸੀਗੇ, ਮੇਰੇ ਤਾਂ ਮੈਨੂੰ ਏਅਰਪੋਰਟ 'ਤੇ ਗਏ ਸੀਗੇ। ਕੀ ਨਾਮ ਬਾਈ ਤੁਹਾਡਾ? ਮੇਰਾ ਨਾਮ ਜਗਤਾਰ। ਜਗਤਾਰ, ਨਾਂ ਪੁੱਛਿਆ ਨਹੀਂ ਮੈਂ ਬਾਈ ਨੂੰ, ਗੱਲਾਂ ਮਾਰਦੇ ਤੁਹਾਨੂੰ 2 ਘੰਟੇ ਹੋ ਗਏ। ਬਾਈ ਵੀ ਆ ਕੇ ਇੱਥੇ ਬਹਿ ਗਏ, ਲਗਭਗ ਖਾਲੀ ਆ ਫਲਾਈਟ, ਮਤਲਬ ਬਹੁਤ ਸਾਰੀਆਂ ਸੀਟਾਂ ਖਾਲੀ ਆ, ਬੰਦੇ ਵੀ ਬਹੁਤ ਆ ਅਤੇ ਖਾਲੀ ਵੀ ਬਹੁਤ ਆ ਨਾ ਬਾਈ? ਬਹੁਤ ਖਾਲੀ ਆ, ਮੈਂ ਕਹਿੰਦਾ ਹਿੱਸਾ ਹੋਣਾ, ਇੱਕ ਹਿੱਸਾ ਖਾਲੀ ਆ। ਬਾਈ ਚੱਲਿਆ ਇਟਲੀ ਹੈ ਨਾ? ਹਾਂ, ਇਹਨਾਂ ਦੀ ਗਾਂਹ ਮਿਲਾਨ ਦੀ ਫਲਾਈਟ ਆ, ਅਤੇ ਇਹਨਾਂ ਦਾ ਵੀ ਸਟੇਅ ਆ ਜਿਹੜਾ ਹੋਟਲ 'ਚ, ਜਿਹੜਾ ਮਤਲਬ ਇਥੋਪੀਅਨ ਏਅਰ ਹੀ ਦਿੰਦੀ ਆ, ਮਤਲਬ ਕਹਿਣ ਨੂੰ ਆਪਾਂ ਫ੍ਰੀ ਕਹਿ ਸਕਦੇ ਹਾਂ, ਪਰ ਉਹ ਹੈ ਤਾਂ ਆਪਣੇ ਤੋਂ ਹੀ ਲਏ ਆ ਪੈਸੇ, ਪੈਸੇ ਤਾਂ ਆਪਣੇ ਤੋਂ ਹੀ ਲੈਣੇ, ਆਪਣੇ ਤੋਂ ਲਏ, ਜੋ ਮਰਜ਼ੀ ਕਰਦੇ ਆ, ਫੂਡ 'ਤੇ ਵੀ ਆਪਣੇ ਤੋਂ ਹੀ, ਸਾਰਾ ਆਪਣੇ ਤੋਂ ਹੀ। ਹੋਟਲ ਵੀ ਸਾਡਾ ਇੱਕੋ ਹੋਟਲ ਹੀ ਆ, ਚੱਲਾਂਗੇ ਗੱਲਾਂ ਬਾਤਾਂ ਮਾਰਦੇ ਚੱਲਦੇ ਹਾਂ, ਆਪਾਂ ਬੈਠੇ ਹਾਂ। ਹੋਰ ਬਾਈ? ਬਹੁਤ ਵਧੀਆ, ਹਾਂ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਬਾਈ, ਮੈਨੂੰ ਵੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ, ਉਹ ਗੱਲਾਂ ਵਧੀਆ ਕੀਤੀਆਂ। ਤੇਜ਼ ਮਾਰੂਗਾ ਬਾਈ, ਦੇਖਿਓ ਬਹੁਤ ਹੀ ਤੇਜ਼। ਮੈਂ ਕਿਹਾ ਸੀ ਨਾ ਬਹੁਤ ਤੇਜ਼ ਮਾਰੂਗਾ, ਜਿਸ ਹਿਸਾਬ ਦੀ ਇਹਦੀ ਸਪੀਡ ਸੀ ਲੱਗ ਗਿਆ ਸੀ ਪਤਾ। ਰੋਕ ਵੀ ਦੇਗਾ ਕਿ ਨਹੀਂ ਮਾਮਾ? ਰੋਕਦੇ 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 ਬਹੁਤ ਤੇਜ਼ ਲਾਇਆ ਬਾਈ, ਬਹੁਤ ਹੀ ਤੇਜ਼, ਆਲਮੋਸਟ 400 ਦੀ ਸਪੀਡ 'ਤੇ ਲਾਹਦਾ ਹੋਣਾ, ਵੈਸੇ 250 ਜਾਂ 350 ਲਾਉਂਦੇ ਹੁੰਦੇ ਆ। ਲਓ ਵੀ ਪਹੁੰਚ ਗਏ ਹਾਂ ਐਡਿਸ ਅਬਾਬਾ ਇੰਟਰਨੈਸ਼ਨਲ ਏਅਰਪੋਰਟ 'ਤੇ, ਚਲੋ ਹੁਣ ਉਤਰੀਏ। ਇੱਥੇ ਹੈਗਾ 21-22 ਘੰਟੇ ਦਾ ਸਟੇ ਬਾਈ, ਅਗਲੀ ਫਲਾਈਟ ਮਤਲਬ ਕੱਲ੍ਹ ਸਵੇਰੇ 10:30 ਵਜੇ। ਅਨਕਰਵਾਈ ਸੀਟ ਮੇਰੇ ਤੋਂ ਅੱਗੇ ਸੀ, ਉਹ ਸ਼ਾਇਦ ਪਹਿਲਾਂ ਪਹੁੰਚ ਗਏ ਹੋਣਗੇ ਕਿਸੇ ਹੋਰ ਬੱਸ 'ਚ ਜਾਂ ਉਸ ਬੱਸ 'ਚ, ਅੱਗੇ ਚੱਲ ਕੇ ਕਿਤੇ ਜਾ ਕੇ ਨੈੱਟ ਨੁੱਟ ਕਨੈਕਟ ਕਰਕੇ ਮਿਲਦੇ ਹਾਂ ਫਿਰ, ਪਹਿਲਾਂ ਚੱਲੀਏ ਬਾਈ ਪਹੁੰਚੀਏ। ਯਾਰ ਇਹ ਗੇਟ 'ਤੇ ਲਾ ਦਿੰਦੇ ਤਾਂ ਵਧੀਆ ਸੀਗਾ, ਹੁਣ ਬੱਸ ਲੈ ਕੇ ਜਾਊਗੀ ਇਮੀਗ੍ਰੇਸ਼ਨ ਤੱਕ, ਉਸ ਤੋਂ ਬਾਅਦ ਫਿਰ ਇੱਕ ਬੱਸ ਲੈ ਕੇ ਜਾਊਗੀ ਆਪਾਂ ਨੂੰ ਹੋਟਲ ਤੱਕ। ਦੇਖੋ ਬਈ ਹੋਟਲ ਦਾ ਵਾਊਚਰ ਆਲਰੇਡੀ ਦਿੱਲੀ ਦੇ ਦਿੱਤਾ ਸੀਗਾ, ਫਿਰ ਪ੍ਰੋਸੈਸ ਕਰੋ ਫਾਰਮੈਲਿਟੀਜ਼, ਫਿਰ ਸਾਰਾ ਇਮੀਗ੍ਰੇਸ਼ਨ ਵਗੈਰਾ ਕਰੋ ਅਤੇ ਬਾਹਰ ਚੱਲਦੇ ਹਾਂ ਆਪਾਂ ਹੋਟਲ 'ਤੇ, ਉੱਥੇ ਅੱਗੇ ਚੱਲੂੰਗਾ, ਇੱਥੇ ਵੀਡੀਓ ਵਗੈਰਾ ਲਾਓ, ਹੁੰਦੀ ਨਹੀਂ ਹੈ। ਉੱਤੇ ਰਹਿ ਗਿਆ ਇਮੀਗ੍ਰੇਸ਼ਨ, ਇੱਥੇ ਆਪਾਂ ਆ ਗਏ, ਵੈਲਕਮ ਟੂ ਇਥੋਪੀਆ ਲਿਖਿਆ ਹੋਇਆ, ਬੈਗੇਜ ਆਪਣੇ ਕੋਲ ਹੈ ਨਹੀਂ, ਛੋਟਾ ਬੈਗ ਆਪਾਂ ਚੱਕ ਲਿਆ, ਔਰ ਮੈਨੂੰ ਇੱਦਾਂ ਕਿਉਂ ਲੱਗ ਰਿਹਾ ਕਿ ਮੈਂ ਅੰਮ੍ਰਿਤਸਰ ਏਅਰਪੋਰਟ 'ਤੇ ਉੱਤਰਿਆ ਹੋਇਆ ਲੱਗ ਰਿਹਾ ਨਾ ਬਾਈ, ਬਈ ਇੰਨੇ ਕੁ ਆਪਣੇ ਪੰਜਾਬੀ ਬੰਦੇ ਹੈ ਨਾ, ਉਹ ਸਾਹਮਣੇ ਬਾਈ ਜਾ ਰਿਹਾ, ਪਿੱਛੇ ਵੀ ਕੋਈ ਲੈਬਨਨ ਜਾ ਰਿਹਾ, ਕੋਈ ਕਿਤੇ ਜਾ ਰਿਹਾ ਬਾਈ, ਇਟਲੀ ਜਾ ਰਹੇ ਨੇ, ਕੈਨੇਡਾ, ਬਹੁਤ ਸਾਰੇ ਬੰਦੇ ਜਾ ਰਹੇ ਨੇ, ਸਟੂਡੈਂਟ ਜਿਹੜੇ ਟ੍ਰਾਂਜ਼ਿਟ ਕਰ ਰਹੇ ਨੇ ਬਹੁਤ ਸਾਰੇ ਨੇ। ਚਲੋ ਪਹਿਲਾਂ ਬਾਹਰ ਨਿਕਲੀਏ ਫਿਰ ਗੱਲਬਾਤ ਕਰਾਂਗੇ। ਏਅਰਪੋਰਟ ਤੋਂ ਆ ਗਏ ਬਾਹਰ ਆਪਾਂ, ਅਤੇ ਸਾਹਮਣੇ ਦੇਖ ਰਿਹਾ ਇਥੋਪੀਆ ਦਾ ਝੰਡਾ, ਅਤੇ ਹੁਣ ਚੱਲਦੇ ਹਾਂ ਬਾਈ ਫੜ ਕੇ, ਥੋੜ੍ਹਾ ਧੋਖਾ ਜਿਹਾ ਤਾਂ ਮਹਿਸੂਸ ਹੋ ਰਿਹਾ, ਕੈਸਾ? ਹਾਂ ਕੈਸਾ ਮਹਿਸੂਸ ਹੋ ਰਿਹਾ? ਅਸੀਂ ਗਏ ਸੀ ਕਿਤੇ, ਉਹ ਦੱਸੂਗਾ ਫਿਰ ਕਿਤੇ ਕਿੱਥੇ ਗਏ ਸੀ, ਮੈਂ ਤੈਨੂੰ ਅਨਕੁਰਵਾਈ ਸੀ, ਪਰ ਇੱਥੇ ਇਹਨਾਂ ਨੇ ਹੋਟਲ ਦਿੱਤਾ, ਚਾਹੇ 4 ਸਟਾਰ ਹੀ ਦਿੱਤਾ, ਕਿਉਂਕਿ 5 ਸਟਾਰ ਹੀ ਹੋਵੇ, ਫੋਟੋਆਂ ਦੇਖ ਕੇ 4 ਸਟਾਰ ਲੱਗ ਰਿਹਾ ਸੀਗਾ, ਉਦਾਂ ਕਿਤੇ ਦੇਖਿਆ ਨਹੀਂ, ਪਰ ਮੈਨੂੰ 4 ਸਟਾਰ ਹੀ ਲੱਗ ਰਿਹਾ, ਬਾਕੀ ਜਾ ਕੇ ਪਤਾ ਲੱਗ ਜੂਗਾ। ਦੇਖੋ ਸਾਰੇ ਬਾਈ ਹਰੀ
ਪੱਗਾਂ ਬੰਨੀਆਂ, ਉਹ ਸਾਹਮਣੇ ਬਾਈ ਪੰਜਾਬੀ ਆ, ਸਾਰੇ ਜਿੰਨੇ ਮੁੰਡੇ ਜਾ ਰਹੇ ਨੇ ਪੰਜਾਬੀ ਅੰਦਰ, ਕਿੰਨੇ ਮੁੰਡੇ ਕੁੜੀਆਂ ਬੈਠੇ ਨੇ, ਜਿਹੜੇ ਸਟੂਡੈਂਟ ਨੇ ਕੈਨੇਡਾ ਜਾ ਰਹੇ ਨੇ, ਕੋਈ ਕਿਤੇ ਜਾ ਰਿਹਾ, ਕੋਈ ਯੂਰਪ ਜਾ ਰਿਹਾ, ਸਾਰੇ ਬਾਈ ਲੱਗ ਹੀ ਨਹੀਂ ਰਿਹਾ ਕਿ ਮੈਂ ਇਥੋਪੀਆ ਉਤਰਿਆ। ਇਥੋਪੀਆ ਦੀ ਕੰਡੀਸ਼ਨ ਤੁਹਾਨੂੰ ਇੱਦਾਂ ਦੇਖ ਕੇ ਪਤਾ ਲੱਗ ਰਹੀ ਹੋਣੀ, ਗੱਡੀਆਂ ਗੁੱਡੀਆਂ ਇੱਥੇ ਠੀਕ ਠਾਕ ਨੇ, ਮਤਲਬ ਯਾਰ ਦਿੱਲੀ ਵਰਗਾ ਹੀ ਲੱਗ ਰਿਹਾ ਸੀ ਜਦੋਂ ਉੱਤਰ ਰਹੇ ਸੀ ਨਾ, ਮਤਲਬ ਬਿਲਡਿੰਗਾਂ ਬੁਲਡਿੰਗਾਂ ਦੇਖ ਕੇ। ਸੋ ਈਸਟ ਅਫਰੀਕਾ ਇਸ ਮਾਮਲੇ ਦੇ ਵਿੱਚ ਸੈਂਟਰਲ ਅਤੇ ਵੈਸਟ ਤੋਂ ਕਾਫੀ ਜ਼ਿਆਦਾ ਡਿਵੈਲਪਡ ਆ ਜੀ ਇਹਨਾਂ ਦਾ, ਇਹਨਾਂ ਦੀ ਆਪਾਂ ਗੱਲ ਕਰੀਏ ਤਾਂ। ਨਾ ਨਾ ਥੈਂਕ ਯੂ। ਲਓ ਬਾਈ ਉਹ ਵੀ ਕਹਿੰਦਾ ਬਈਆ ਟੈਕਸੀ ਦੇਖ ਲੈ, ਇੰਨੇ ਬੰਦੇ ਆਉਂਦੇ ਆ ਆਪਣੇ ਬਈ, ਉਹ ਵੀ ਹਿੰਦੀ 'ਚ ਬਈਆ ਬਈਆ ਕਹਿ ਕੇ ਬੁਲਾ ਰਿਹਾ। ਚਲੋ ਔਰ ਆ ਬਈ ਡਾਮੋ ਹੋਟਲ, ਇਹ ਤਾਂ ਬਈ ਛੋਟੀ ਜਿਹੀ ਵੈਨ ਆ, ਚੱਲ ਲੈ ਕੇ ਜਾਣਗੇ। ਆਹੀ ਆ ਬਾਈ ਕਹਿੰਦਾ ਬੀ ਐਮ ਡਬਲਿਊ ਆਈ ਆ। ਚਲੋ ਬਾਈ ਟੋਇਟਾ ਆ ਗਈ। ਲਓ ਭਾਜੀ ਉਹ ਭਾਜੀ ਕਹਿ ਰਹੇ ਕਰੇ ਬੀ ਐਮ ਡਬਲਿਊ ਆ ਗਈ। ਲਓ ਵੀ ਇਹਨਾਂ ਨੇ ਤਾਂ ਬਿਲਕੁਲ ਹੀ ਘੁੱਟ ਕੇ ਬਾਤ ਆ, ਹਰਨਵੰਤ ਗੁਰੂ ਬਾਈ ਨੂੰ ਤਾਂ ਲਾਤਾ ਥੱਲੇ, ਪਤਾ ਨਹੀਂ ਚੜਾਉਣਗੇ ਕਿ ਨਹੀਂ, ਚੜਾਉਣਗੇ ਸ਼ਾਇਦ ਜਾਂ ਫਿਰ ਦੂਜੀ 'ਤੇ ਲੈ ਕੇ ਆਉਣਗੇ, ਪਤਾ ਨਹੀਂ। ਚਲੋ ਦੇਖਦੇ ਹਾਂ। ਲਓ ਬਈ ਆ ਗਏ ਆਪਾਂ ਤੇ ਸੀਗੀ। ਨਮਸਤੇ। ਚਲੋ ਜੀ ਬਾਈ ਨਮਸਤੇ ਬੁਲਾ ਰਿਹਾ ਸੀਗਾ ਦੇਖ ਕੇ। ਚਲੋ ਬਈ ਹੁਣ ਚੱਲੀਏ, ਪਹਿਲਾਂ ਚੈੱਕ ਇਨ ਕਰੀਏ ਹੋਟਲ 'ਚ। ਇੱਥੇ ਹੋਊਗਾ ਹੋਟਲ ਦਾ ਚੈੱਕ ਇਨ, ਲੱਗ ਗਏ ਆਪਾਂ ਸਾਰੇ ਲਾਈਨ 'ਚ। ਨਵਨਕੁਰ ਬਾਈ ਸਭ ਤੋਂ ਅੱਗੇ ਆ ਕਿਉਂਕਿ ਉਹ ਸਭ ਤੋਂ ਪਹਿਲਾਂ ਉੱਤਰ ਗਏ ਸੀਗੇ। ਚਲੋ ਹੁਣ ਚੈੱਕ ਇਨ ਕਰਦੇ ਹਾਂ, ਥੋੜ੍ਹੀ ਦੇਰ ਰੈਸਟ ਕਰਾਂਗੇ। ਮਿਲ ਗਿਆ ਕੌਣ ਸਾ ਨੰਬਰ? ਨਹੀਂ ਦਾ ਜੀ 805 ਹੈ। ਔਰ 8th ਫਲੋਰ ਪੇ ਹੈ, 8 ਫਲੋਰ ਹੈ ਇਸਕੇ। ਦੁਬਾਰਾ ਫੇਰ ਇੱਥੇ ਆ ਰਹੇ ਹਾਂ, ਦੁਬਾਰਾ ਫੇਰ ਆ ਆਈ ਹੋਟਲ ਦਾ ਨੀ ਪਤਾ ਕੀ ਪਤਾ 5 ਸਟਾਰ ਦੇ ਦੇਣ। ਸੋ ਚਲੋ ਵੀ 8th ਫਲੋਰ 'ਤੇ ਹੈ, ਇਹ ਮੇਨ ਡੋਰ ਦੀ ਐਂਟਰੀ ਹੈ ਔਰ ਅੱਗੇ ਉਹਨਾਂ ਨੇ ਦੋ ਰੂਮ ਬਣਾਏ ਹੋਏ, 805/1, 805/2। ਲਓ ਬਈ ਓਕੇ ਆਓ। ਸੋ ਬਈ ਉਹਦੇ ਅੰਦਰ ਇੱਕ ਰੂਮ, ਹਾਂ ਸਾਬਕਾ ਉਹ ਹੈ ਮੇਰਾ ਹੀ ਹੈ ਯਾ। ਔਰ ਲਓ ਬਈ 805/2, ਮਤਲਬ ਉਹੀ ਹੈ, ਸਿੰਗਲ ਸਿੰਗਲ ਹੀ ਲੱਗਿਆ ਬੈੱਡ ਤਾਂ, ਸਿੰਗਲ ਬੈੱਡ ਹੈ ਇਸਮੇ ਇੱਕ। ਵੈਸੇ ਅਗਰ ਹਮਸੇ ਪੈਸੇ ਲੈ ਰਹੇ ਹਮ ਇਸੀ ਪੇ ਦੋਨੋਂ ਪੜੇ ਨਜ਼ਰ ਆਤੇ। ਲਓ ਬਈ ਇਹ ਅਪਾਰਟਮੈਂਟ ਜਾ ਇੱਕ ਤਰ੍ਹਾਂ ਦਾ ਹੋਟਲ ਦੇ ਅੰਦਰ ਹੀ, ਮਤਲਬ ਰੂਮ ਹੈ ਦੇਖੋ, ਇਹਦੇ ਵਿੱਚ ਹੈਗਾ ਰੂਮ 1, ਖੋਲਣਾ ਆਪਣੇ ਵਾਲਾ ਸ਼ਾਹੀ ਰੂਮ ਬਈ। ਨਵਨਗੁਰੂ ਬਾਈ ਨੂੰ ਜਿਹੜਾ ਰੂਮ ਦਿੱਤਾ ਉਹ ਜ਼ਿਆਦਾ ਵਧੀਆ ਹੈ, ਮਤਲਬ ਇਹਦਾ ਬੈੱਡ ਵੀ ਥੋੜ੍ਹਾ ਵੱਡਾ ਹੈ, ਵੈਸੇ ਦੋ ਬੰਦੇ ਵੀ ਪੈ ਸਕਦੇ ਇੱਥੇ, ਅਤੇ ਆਹ ਸਾਰਾ ਕੁਛ ਲੱਗਿਆ ਹੋਇਆ ਬਈ ਵਧੀਆ, ਕਰਟਨ ਕੁਟਨ ਸਾਰਾ ਹੈ ਜਾਂ ਟੀਵੀ ਕਾ ਹੈ ਟੀਵੀ, ਇਹ ਤਾਂ ਬਦਤਮੀਜ਼ੀ ਹੋ ਗਈ ਨਾ। ਤੇ ਆਹ ਦੇਖੋ ਬਈ ਇੱਧਰ ਇੱਧਰਲੇ ਪਾਸੇ ਵਾਸ਼ਰੂਮ ਦੇਖੋ, ਇਹ ਵੈਸੇ ਇੱਕ ਰੂਮ ਹੀ ਥਾ ਇੱਕ ਤਰ੍ਹਾਂ ਸੀ, ਉਸਕੋ ਇਹਨਾਂ ਨੇ ਵਾਸ਼ਰੂਮ ਬਣਾ ਲਿਆ ਪਤਾ ਨਹੀਂ ਬਈ ਮੇਰਾ। ਹਾਂ ਟੀਵੀ ਤਾਂ ਹੈ ਮੇਰੇ ਵਾਲੇ 'ਚ ਵੀ, ਪਰ ਬਈ ਮੇਰਾ ਬੈੱਡ ਵੀ ਛੋਟਾ ਦਿੱਤਾ ਹੈ, ਹਾਂ ਲਾਈਟ ਵੀ ਨਹੀਂ ਹੈਗੀ, ਆਹ ਟੀਵੀ ਹੈ, ਅਤੇ ਇੱਧਰਲੇ ਪਾਸੇ ਬਈ ਇਹਨਾਂ ਦਾ ਵਾਸ਼ਰੂਮ ਹੈ, ਮਤਲਬ ਵਾਸ਼ਰੂਮ ਤਾਂ ਠੀਕ ਹੈ, ਟੱਬ ਟੁੱਬ ਹੈਗਾ ਪਰ ਚਲੋ ਠੀਕ ਹੈ। ਫੋਰ ਸਟਾਰ ਦੇ ਹਿਸਾਬ ਨਾਲ ਮਤਲਬ ਠੀਕ ਹੈ, ਚਲੋ ਠੀਕ ਹੀ ਕਹਾਂਗੇ ਇਹਨੂੰ, ਵਧੀਆ। ਚਲੋ ਹੁਣ ਲੰਚ ਕਰਦੇ ਹਾਂ, ਡਿਨਰ ਵੀ ਹੈ, ਕਾਰਡ ਕੂਡ ਲੈ ਲਿਆ ਆਪਾਂ,
ਇੱਕ ਚੀਜ਼ ਹੈ ਵੈਸੇ ਆਪਾਂ ਕਹੀ ਜਾਂਦੇ ਹਾਂ ਇਹਨਾਂ ਇਹ ਪਹਿਲਾਂ ਕੋਈ ਕਮਿਟਮੈਂਟ ਟਿਕਟ ਚ ਟਿਕਟ ਮੈਂ ਤਾਂ ਕਹੀਂ ਨਹੀਂ ਲਿਖਾ ਦਾ ਨਾ ਕਿ ਹੋਟਲ ਮਿਲੇਗਾ ਹੋਟਲ ਲਿਖਾ ਹੋਟਲ ਤੋਂ ਲਿਖਾ ਹੈ ਅੱਛਾ ਹੋਟਲ ਲਿਖਿਆ ਪਰ ਇਹ ਜੇ ਨਾ ਵੀ ਦੇਣ ਤਾਂ ਕੀ ਕਰ ਲਾਂਗੇ ਬਈ ਫਲਾਈਟ ਦੇਖੋ ਚੱਲ ਸਾਨੂੰ ਤਾਂ ਫਲਾਈਟ ਮਹਿੰਗੀ ਮਿਲੀ ਹੈ ਪਰ ਜਿਹੜੇ ਬੰਦੇ ਕੈਨੇਡਾ ਜਾ ਰਹੇ ਆ ਯੂਰਪ ਜਾ ਰਹੇ ਆ ਕੋਈ ਬੰਦੇ ਕੁਵੈਤ ਜਾ ਰਹੇ ਆ ਯਾਰ ਸੋਚੋ ਇੰਡੀਆ ਤੋਂ ਪਹਿਲਾਂ ਏਸ਼ੀਆ ਤੋਂ ਅਫਰੀਕਾ ਅਫਰੀਕਾ ਤੋਂ ਦੁਬਾਰਾ ਫਿਰ ਏਸ਼ੀਆ ਮਤਲਬ ਕੁਵੈਤ ਦਾ ਰੂਟ ਬਣਾ ਲਿਓ ਕੀ ਬਣ ਰਿਹਾ ਬਈ ਸਸਤੀ ਮਿਲ ਰਹੀ ਹੈ ਤਾਂ ਹੀ ਆ ਰਿਹਾ ਨਾ ਜੇ ਚਾਹੁਣ ਤਾਂ ਨਾ ਵੀ ਦੇਣ ਏਅਰਪੋਰਟ 'ਤੇ ਬੈਠੋ ਬਈ ਜੇ ਮਤਲਬ ਸਸਤੇ 'ਚ ਕੁਛ ਚਾਹੀਦਾ ਬਈ ਸਸਤੀ ਫਲਾਈਟ ਵੀ ਦੇ ਰਿਹਾ ਕਈ ਦੇਸ਼ਾਂ ਦੀ ਪਲੱਸ ਉਹਨਾਂ ਨੂੰ ਹੋਟਲ ਵੀ ਦੇ ਰਿਹਾ ਪਰ ਸਾਡੇ ਕੇਸ ਦੇ ਵਿੱਚ ਬਿਲਕੁਲ ਲਾਗੂ ਨਹੀਂ ਹੁੰਦਾ ਫਲਾਈਟ ਬਹੁਤ ਜ਼ਿਆਦਾ ਮਹਿੰਗੀ ਆ ਵੀ ਅਗਲੀ ਫਲਾਈਟ ਸਿਰਫ ਇੱਥੋਂ ਘੰਟੇ ਡੇਢ ਘੰਟੇ ਦੀ ਆਉਣੀ ਹੈ ਔਰ 51,000 ਇਹਦੇ ਲਈ ਪੇ ਕੀਤਾ ਪਰ ਚਲੋ ਫਿਰ ਵੀ ਹੋਟਲ ਦਿੱਤਾ ਜੇ 51,000 ਲੈ ਕੇ ਹੋਟਲ ਨਾ ਦਿੰਦੇ ਫਿਰ ਵੀ ਅਸੀਂ ਕੁਛ ਨਹੀਂ ਕਰ ਸਕਦੇ ਸੀਗੇ ਲਓ ਵੀ ਇੱਥੇ ਚੱਲ ਰਿਹਾ ਲੰਚ ਬੁਫੇ 100% ਇਹਨਾਂ ਕੋਲ ਵੈਜੀਟੇਰੀਅਨ ਵਗੈਰਾ ਵੀ ਹੋਊਗਾ ਜਾਂ ਪੁੱਛਦੇ ਹਾਂ ਅਤੇ ਫਿਰ ਖਾਂਦੇ ਹਾਂ ਬਈ ਸਾਰੇ ਸਾਡੀ ਫਲਾਈਟ ਵਾਲੇ ਆਲਮੋਸਟ ਬੈਠੇ ਹੋਏ ਨੇ ਪਹਿਲਾਂ ਹੀ ਸਾਡੇ ਤੋਂ ਇਹ ਤਾਂ ਚਿਕਨ ਚੁਕਨ ਲੱਗ ਰਿਹਾ ਕੁਛ ਫਿਸ਼ ਹੈ ਫਿਸ਼ ਨਹੀਂ ਖਾਣੀ ਮੈਂ ਇਹ ਕੀ ਹੈ ਸਟੀਮਡ ਵੈਜੀਟੇਬਲ ਹੈ ਚੌਲ ਹੈ ਕੁਛ ਹੈ ਹੀ ਨਹੀਂ ਢੰਗ ਦਾ ਯਾਰ ਲਓ ਵੀ ਲੰਚ ਕਰਕੇ ਆ ਕੇ ਸੌਂ ਗਏ ਸੀ ਕਿਉਂਕਿ ਸਵੇਰ ਦੇ ਨਿਕਲੇ ਹੋਏ ਹਾਂ ਬਈ ਇੰਡੀਆ 'ਚ ਤਾਂ ਇਸ ਟਾਈਮ ਰਾਤ ਦੇ ਵਜੇ ਮਤਲਬ ਮੈਂ ਤਾਂ ਰਾਤ ਦਾ ਨਿਕਲਿਆ ਹੋਇਆ ਹਾਂ ਕੱਲ੍ਹ ਰਾਤ ਸੁੱਤਾ ਨਹੀਂ ਬਿਲਕੁਲ ਵੀ ਫਲਾਈਟ ਦੇ ਵਿੱਚ ਤਾਂ ਅੱਜ ਸਵੇਰੇ ਕਿੰਨੀ ਕੀ ਨੀਂਦ ਆਈ ਹੋਊਗੀ ਆਪਾਂ ਜਾਣਾ ਗਰਾਊਂਡ ਫਲੋਰ 'ਤੇ ਫਿਰ ਬਈ ਸੌਂ ਗਿਆ ਸੀਗਾ ਮੈਂ ਕੁਛ ਨਹੀਂ ਕੀਤਾ ਨਵਨਗੁਰ ਬਾਈ ਦਾ ਹਾਲੇ ਵੀ ਸੁੱਤੇ ਪਏ ਆ ਇਹਨਾਂ ਨੇ ਜੂਸ ਕਾਫੀ ਵਧੀਆ ਬਣਾਇਆ ਸੀਗਾ ਬਈ ਉਹਦੇ ਲਏ ਇਹਨਾਂ ਨੇ ਜੂਸ ਦੇ $3 ਅਤੇ ਇੱਥੇ ਨਾ ਕਰੰਸੀ ਜਿਹੜੀ ਹੈ ਇਥੋਪੀਆ ਦੇ ਵਿੱਚ ਪਹਿਲਾਂ ਬਲੈਕ ਮਾਰਕੀਟ ਚੱਲਣ ਲੱਗ ਗਈ ਸੀ ਲੇਕਿਨ ਹੁਣ ਇਹਨਾਂ ਨੇ ਐਡਜਸਟ ਕਰਤੀ ਕਾਰਡ ਤੋਂ ਵੀ ਪੇਮੈਂਟ ਕਰੋ ਤਾਂ ਉਨੇ ਹੀ ਕੱਟੇ ਜਾਂਦੇ ਆ ਪਰ ਆਉਣ ਵਾਲੇ ਮਤਲਬ 2-3 ਮਹੀਨੇ ਦੇ ਵਿੱਚ ਦੁਬਾਰਾ ਫਿਰ ਬਲੈਕ ਮਾਰਕੀਟ ਬਣ ਜੂਗੀ ਕਰੰਸੀ ਤਾਂ ਲਗਾਤਾਰ ਡਿੱਗੀ ਜਾਂਦੀ ਹੈ ਆ ਥੱਲੇ ਬਣਿਆ ਹੋਇਆ ਬਈ ਫਸਟ ਫਲੋਰ ਦੇ ਉੱਤੇ ਤਾਂ ਸਾਰਾ ਬੂਫੇ ਲੱਗਦਾ ਪੇਡ ਵੀ ਹੈਗਾ ਪਲੱਸ ਫ੍ਰੀ ਜਿਹੜਾ ਵੀ ਹੁੰਦਾ ਉੱਥੇ ਹੀ ਹੁੰਦਾ ਇੱਥੇ ਬਣਿਆ ਹੋਇਆ ਇੱਕ ਬਾਰ ਟਾਈਪ ਦਾ ਔਰ ਜੂਸ ਇਹਨਾਂ ਦਾ ਕਾਫੀ ਵਧੀਆ ਲੱਗਿਆ ਮੈਨੂੰ ਮਤਲਬ ਫਰੈਸ਼ ਫਰੈਸ਼ ਜਿਹਾ ਔਰੰਜ ਆ ਮੈਂ ਪਹਿਲਾਂ ਵੀ ਪੀ ਕੇ ਗਿਆ ਸੀ ਹੁਣ ਫਿਰ ਪੀਣਾ ਆ ਬਈ ਮੈਂ ਜੂਸ ਪੀ ਕੇ ਇੱਧਰਲੇ ਪਾਸੇ ਆ ਗਿਆ ਇਹ ਹੋਟਲ ਦੇ ਬੈਕ ਸਾਈਡ ਦਾ ਏਰੀਆ ਹੈ ਇਹ ਕੁਛ ਝੰਡੇ ਲੱਗੇ ਹੋਏ ਨੇ ਇੱਥੇ 3-4 ਸ਼ੈਨਗਨ ਜ਼ੋਨ ਦਾ ਲੱਗਿਆ ਹੋਇਆ ਯੂਰਪੀਅਨ ਯੂਨੀਅਨ ਦਾ ਅਤੇ ਇੱਧਰੋਂ ਸਾਰਾ ਕੁਛ ਬੰਦ ਆ ਬਈ ਔਰ ਸਾਹਮਣੇ ਇੱਕ ਮੇਨ ਰੋਡ ਹੈ ਅਤੇ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਬਾਹਰ ਜਾਣਾ ਅਤੇ ਉਹ ਗਾਰਡ ਨੇ ਮੈਨੂੰ ਰੋਕਤਾ ਕਹਿੰਦਾ ਤੂੰ ਬਾਹਰ ਨਹੀਂ ਜਾ ਸਕਦਾ ਮੈਂ ਕਿਹਾ ਪਤਾ ਨਹੀਂ ਕੀ ਚੱਕਰ ਪੈ ਗਿਆ ਕਹਿੰਦਾ ਰਿਸੈਪਸ਼ਨ 'ਤੇ ਪੁੱਛੋ ਕਿ ਤੁਸੀਂ ਕਿਉਂ ਨਹੀਂ ਬਾਹਰ ਜਾ ਸਕਦੇ ਵੀ ਤੁਸੀਂ ਟ੍ਰਾਂਜ਼ਿਟ ਕਰ ਰਹੇ ਹੋ ਮੈਂ ਕਿਹਾ ਹਾਂ ਜੇ ਟ੍ਰਾਂਜ਼ਿਟ ਨਾ ਕਰ ਰਿਹਾ ਹੁੰਦਾ ਫਿਰ ਉਹ ਮੈਨੂੰ ਨਹੀਂ ਰੋਕਦਾ ਉਹ ਕਿਉਂਕਿ ਬਈ ਏਅਰਲਾਈਨ ਦੀ ਰਿਸਪੋਂਸੀਬਿਲਟੀ ਆ ਇਥੋਪੀਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਦੇਖੋ ਸੋਚੋ ਹਿਸਾਬ ਲਾਓ ਕਿ ਵੈਸਟ ਵਾਲਾ ਪਾਰਟ ਕਿੰਨਾ ਖਤਰਨਾਕ ਹੋਊਗਾ ਜਾਂ ਸੈਂਟਰ ਵਾਲਾ ਪਾਰਟ ਕਿੰਨਾ ਖਤਰਨਾਕ ਹੋ ਸਕਦਾ ਇਹਨਾਂ ਨੇ ਇਥੋਪੀਆ ਦੇ ਵਿੱਚ ਇਸ ਟਾਈਮ ਬਾਹਰ ਜਾਣਾ ਅਲਾਓ ਨਹੀਂ ਕੀਤਾ ਉੱਥੇ ਦਿਨੇ ਜਾਣਾ ਵੀ ਬਹੁਤ ਖਤਰਨਾਕ ਆ ਬਈ ਹਾਲਾਂਕਿ ਮੈਂ ਇਸ ਦੇਸ਼ ਨੂੰ ਸਟਿਲ 10 ਦੇ ਵਿੱਚੋਂ 4 ਨੰਬਰ ਦਊਂਗਾ ਡੇਂਜਰਸ ਲਈ ਜਿਹੜੇ 'ਚ ਕਾਫੀ ਲੋਕ ਨੇੜੇ ਤੇੜੇ ਰਹਿੰਦੇ ਨੇ ਕੀਨੀਆ ਨੂੰ ਤਾਂ 2 ਜਾਂ 3 ਹੀ ਦਊਂਗਾ ਕਿਉਂਕਿ ਵੀ ਕੀਨੀਆ ਰਵਾਂਡਾ ਯੁਗਾਂਡਾ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਨਾਲੋਂ ਇਥੋਪੀਆ ਥੋੜ੍ਹਾ ਜਿਹਾ ਜ਼ਿਆਦਾ ਖਤਰਨਾਕ ਹੈ ਔਰ ਫਿਰ ਜੇ ਤੁਸੀਂ ਈਸਟ ਦੇ ਵਿੱਚ ਗੱਲ ਕਰੋਗੇ ਸੋਮਾਲੀਆ ਅਤੇ ਸੋਮਾਲੀਲੈਂਡ ਦੀ ਉਹਨੂੰ 10 ਦੇ ਵਿੱਚੋਂ 6 ਜਾਂ 7 ਨੰਬਰ ਵੀ ਦਿੱਤੇ ਜਾ ਸਕਦੇ ਆ ਲੇਕਿਨ ਵੈਸਟ ਵਾਲਿਆਂ ਦੇ 10 ਚੋਂ 10 ਪੂਰੇ ਦੇ ਪੂਰੇ ਹੀ ਆ ਬਈ ਕਿਉਂਕਿ ਇਹ ਚੀਜ਼ ਮੈਂ ਫੀਲ ਕੀਤੀ ਅਤੇ ਮੋਸਟਲੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਹੁਤ ਸਾਰੇ ਦੇਸ਼ਾਂ ਨੇ ਉੱਥੇ ਆਪਦੇ ਸਿਟੀਜ਼ਨ ਨੂੰ ਜਾਣ ਲਈ ਬੈਨ ਤੱਕ ਲਾਇਆ ਹੋਇਆ ਕਿ ਤੁਸੀਂ ਉੱਥੇ ਜਾਣਾ ਹੀ ਨਹੀਂ ਇਹ ਸਾਰੀ ਹੋਟਲ ਦੀ ਬਿਲਡਿੰਗ ਹੈ ਮੇਰਾ ਰੂਮ ਹੈਗਾ ਉਹ ਵਾਲਾ ਯਾਰ ਜਿਹੜੀ ਲਾਈਟ ਜਗਦੀ ਹੈ ਮੈਨੂੰ ਜਿੱਥੇ ਤੱਕ ਲੱਗਦਾ 8ਵਾਂ ਫਲੋਰ ਕਿਹੜਾ 8ਵੇਂ ਫਲੋਰ 'ਤੇ ਆ ਬਈ ਮੇਰਾ ਚਲੀਏ ਜਦੋਂ ਜਾ ਹੀ ਨਹੀਂ ਸਕਦੇ ਫਿਰ ਕੀ ਕਰ ਸਕਦੇ ਥੋੜ੍ਹੀ ਦੇਰ ਤੱਕ ਆਵਾਂਗੇ ਖਾਣਾ ਪੀਣਾ ਖਾਵਾਂਗੇ ਸੌਵਾਂਗੇ ਫਿਰ ਅਰਲੀ ਮਾਰਨਿੰਗ 8-8:30 ਮੈਨੂੰ ਲੱਗਦਾ ਇੱਥੋਂ ਨਿਕਲਣਾ ਆਪਾਂ ਅਤੇ 10:40 ਦੀ ਫਲਾਈਟ ਆਪਣੀ ਪੂਰੇ ਹੋਟਲ ਦੇ ਏਰੀਆ ਦੇ ਵਿੱਚ ਵੀ ਇੱਧਰਲੇ ਗੇਟ ਤੋਂ ਵੀ ਇੱਕ ਇਹਨਾਂ ਨੇ ਮਸ਼ੀਨ ਲਾਈ ਹੋਈ ਆ ਸਿਕਿਉਰਿਟੀ ਪੂਰੀ ਆ ਔਰ ਇੱਧਰਲੇ ਪਾਸਿਓਂ ਵੀ ਇਹਨਾਂ ਨੇ ਇੱਕ ਮਸ਼ੀਨ ਲਾਈ ਹੋਈ ਆ ਬਿਨਾਂ ਮਤਲਬ ਚੈਕਿੰਗ ਤੋਂ ਤੁਸੀਂ ਜਿਹੜਾ ਨਾ ਤਾਂ ਅੰਦਰ ਆ ਸਕਦੇ ਹੋ ਅਤੇ ਨਾ ਹੀ ਮਤਲਬ ਬਾਹਰ ਜਾਣ ਲਈ ਵੀ ਇੱਕ ਬਾਈ ਨੂੰ ਖੜ੍ਹਾ ਕੀਤਾ ਹੋਇਆ ਇੱਥੇ ਪੁੱਛ ਕੇ ਜਾਣਾ ਅਤੇ ਪੁੱਛ ਕੇ ਹੀ ਆਉਣਾ
ਬਾਰੇ ਮੋਟੀ ਮੋਟੀ ਜਾਣਕਾਰੀ ਸੀਗੀ ਅਤੇ ਆਉਣ ਵਾਲੀਆਂ ਵੀਡੀਓਜ਼ ਬਿਲਕੁਲ ਮਿਸ ਨਾ ਕਰਿਓ ਬਈ। ਇਹ ਪਹਿਲੀ ਵੀਡੀਓ ਮੈਂ ਇਸੇ ਲਈ ਪਾਈ ਸੀ ਕਿ ਆਉਣ ਵਾਲੀਆਂ ਵੀਡੀਓਜ਼ ਤੁਸੀਂ ਬਿਲਕੁਲ ਮਿਸ ਨਾ ਕਰੋ, ਔਰ ਇਹਦੇ ਵਿੱਚ ਮੈਂ ਜਿੰਨਾ ਮੇਰੇ ਤੋਂ ਹੋ ਸਕਿਆ ਮੈਂ ਤੁਹਾਨੂੰ ਕੁਛ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਬਈ ਅਫਰੀਕਨ ਕੋਂਟੀਨੈਂਟ ਨੂੰ ਤੁਸੀਂ ਇੱਕ ਨਹੀਂ ਸਮਝ ਸਕਦੇ। ਬਹੁਤ ਸਾਰੇ ਲੋਕ ਨੇ ਜਿਹੜਾ ਇੱਦਾਂ ਸਮਝਦੇ ਨੇ ਕਿ ਯਾਰ ਅਫਰੀਕਨ ਕੋਂਟੀਨੈਂਟ ਕਿਤੇ ਮਤਲਬ ਇੱਕ ਹੀ ਆ, ਜਿਵੇਂ ਮੈਂ ਕਹਿੰਦਾ ਮੈਂ ਅਫਰੀਕਾ ਚੱਲਿਆ, ਕਹਿੰਦਾ ਯਾਰ ਪਹਿਲਾਂ ਮੈਂ ਗਿਆ ਸੀਗਾ। ਬਈ ਇੱਦਾਂ ਨਹੀਂ ਹੁੰਦਾ, ਤੁਸੀਂ ਇੰਡੀਆ ਜੇ ਕੋਈ ਬੰਦਾ ਆ ਗਿਆ ਤਾਂ ਇਹ ਨਹੀਂ ਕਹਿ ਸਕਦਾ ਮੈਂ ਜਾਪਾਨ ਵੀ ਗਿਆ। ਜਾਪਾਨ ਵੀ ਏਸ਼ੀਆ 'ਚ ਹੈ, ਇੰਡੀਆ ਵੀ ਏਸ਼ੀਆ 'ਚ, ਸਿੰਗਾਪੁਰ ਵੀ ਆ, ਸੀਰੀਆ ਵੀ ਏਸ਼ੀਆ 'ਚ ਹੈ, ਔਰ ਨਾ ਹੀ ਹਾਲਾਤ ਸੇਮ ਨੇ ਸੀਰੀਆ ਦੇ ਅਤੇ ਸਿੰਗਾਪੁਰ ਦੇ, ਸੀਰੀਆ ਦੇ ਅਤੇ ਜਾਪਾਨ ਦੇ, ਜਾਂ ਇੰਡੀਆ ਦੇ ਜਾਪਾਨ ਦੇ, ਇਹਨਾਂ ਸਾਰੀਆਂ ਚੀਜ਼ਾਂ, ਚਾਈਨਾ ਵੀ ਉੱਥੇ ਹੈ। ਸੋ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇੰਡੀਆ ਆ ਕੇ ਕੋਈ ਬੰਦਾ ਕਹਿੰਦਾ ਹਾਂ ਮੈਂ ਚਾਈਨਾ ਵੀ ਗਿਆ ਹੀ ਹਾਂ, ਕਿਉਂਕਿ ਮੈਂ ਏਸ਼ੀਆ ਤਾਂ ਗਿਆ ਹੀ ਹਾਂ। ਸੋ ਇੱਦਾਂ ਨਹੀਂ ਹੁੰਦਾ। ਸੋ ਸੇਮ ਉੱਦਾਂ ਹੈ, ਅਫਰੀਕਾ ਦੇ ਵਿੱਚ ਬਹੁਤ ਸਾਰੇ ਦੇਸ਼ ਨੇ, ਔਰ ਸਾਰਿਆਂ ਦਾ ਅਲੱਗ ਅਲੱਗ, ਬਹੁਤ ਸਾਰਿਆਂ ਦਾ ਕਲਚਰ ਹੈ, ਅਲੱਗ ਅਲੱਗ ਟ੍ਰਾਈਬਸ ਨੇ, ਔਰ ਕੋਈ ਕਈ ਦੇਸ਼ ਬਹੁਤ ਹੀ ਸੇਫ ਨੇ, ਕਈ ਦੇਸ਼ ਠੀਕ ਠਾਕ ਨੇ, ਕਈ ਦੇਸ਼ ਆਪਣੇ ਇੰਡੀਆ ਵਰਗੇ ਨੇ, ਔਰ ਕਈ ਦੇਸ਼ ਹੱਦ ਤੋਂ ਵੱਧ ਖਤਰਨਾਕ ਨੇ। ਮੈਂ ਆਲਰੇਡੀ 15-16 ਦੇਸ਼ ਟਰੈਵਲ ਕਰ ਚੁੱਕਿਆ, 2 ਵਾਰ ਆਇਆ ਮੈਂ ਇਜਿਪਟ ਵੀ ਅਫਰੀਕਾ 'ਚ, ਪਰ ਉਹਨੂੰ ਆਪਾਂ ਮੰਨਦੇ ਨਹੀਂ ਆ। ਮੋਰੋਕੋ ਮੋਰੀਟੇਨੀਆ ਨੂੰ ਇੰਨਾ ਜ਼ਿਆਦਾ ਅਫਰੀਕਾ ਦਾ ਮਤਲਬ ਪਾਰਟ ਕਹਿੰਦੇ ਨਹੀਂ, ਉਹ ਅਰਬ ਪਲੱਸ ਅਫਰੀਕਾ 'ਚ ਆ ਜਾਂਦਾ, ਪਰ ਕੋਂਟੀਨੈਂਟ ਅਫਰੀਕਾ ਹੀ ਹੈ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ, ਰੱਬ ਰਾਖਾ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਉਮੀਦ ਕਰਦਾ ਇਹ ਤੁਹਾਨੂੰ ਜਾਣਕਾਰੀ ਮੋਟੀ ਮੋਟੀ ਮਿਲ ਗਈ ਹੋਊਗੀ। ਹੁਣ ਅਗਲੀ ਵੀਡੀਓ ਦਾ ਇੰਤਜ਼ਾਰ ਕਰਿਓ, ਬਿਲਕੁਲ ਮਿਸ ਨਾ ਕਰਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ।